ਨਾਲ ਸੱਜਣਾ ਕਹਿੰਦੇ ਸ਼ਪੀਰ ਵਾਲੀ ਪਿੰਡ ਆ ਬੁਢਾਰ ਖੜਾ ਔਰ ਚੈਣੇ ਵਾਲੀ ਕਹਿੰਦੇ ਬਾਬੇ ਵਰਗੇ ਰਾਮ ਵਰਗੇ ਤੇ ਸੁਖਦੀਪ ਵਰਗੇ ਖੇਡਦੇ ਨਿੱਟਦੇ ਕਹਿੰਦੇ ਪਰਮਾਤਮਾ ਦਿੱਤੀ ਕਹਿੰਦੇ ਪਹਿਲੀ ਪੱਤੀ ਤੋੜ ਕੇ ਤੇ ਰਾਤੇ ਆਪਣੇ ਸਾਫ਼ ਕਰ ਦਿੱਤੇ ਆ ਔਰ ਨੰਬਰ ਕਹਿੰਦੇ ਦੂਜਾ ਜੁੜ ਗਿਆ ਦੋ ਤੇ ਜੀਰੋ ਦੀ ਟੱਕਰ ਆ ਨੰਬਰ ਤੀਜਾ ਜੋੜਨ ਦੇ ਲਈ ਮੁੰਡੇ ਤਿਆਰ ਪਰ ਤਿਆਰ ਨੇ ਫੈਸਲੇ ਕਹਿੰਦੇ ਮੋਟਰਸਾਈਕਲ ਦੇ ਹੋਰ ਗਏ ਲਾਇਓ ਨੇੜੇ ਕਮੈਂਟਰੀ ਵਾਲੇ ਨੂੰ ਇੱਕ ਬੰਦੇ ਨੂੰ ਦਿਲਸਾਦ ਆ ਜਾਓ ਇੱਕ ਬੰਦਾ ਉਹਨੂੰ ਕਰਾ ਲੈ ਗਰਵਾ ਕਿੱਥੇ ਆ ਭਰਾ ਬਣ ਕੇ ਆ ਗਏ ਜੀ ਆ ਗਏ ਕੋਈ ਗੱਲ ਨੀ ਲਾਉਣੇ ਆ ਨੇੜੇ ਆਪਾਂ ਸਕੀਮਾਂ ਜੇ ਕਿਸੇ ਭਰਾ ਦੀ ਸਕੀਮ ਲੰਘੀ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਕਈ ਵਾਰ ਫੇਸਬੁੱਕ ਹਾਈਡ ਕਰ ਦਿੰਦੀ ਆ ਵੀਰੇ ਸਕੀਮ ਨੂੰ ਨਾ ਹਾਈਡ ਕਰ ਦਿੰਦੀ ਆ ਮਾੜਾ ਮੈਨੂੰ ਵਟਸਐਪ ਮੈਸੇਜ ਕਰ ਦਿਓ ਜੇ ਕਿਸੇ ਦੀ ਸਕੀਮ ਲੰਘੀ ਤੁਹਾਨੂੰ ਸੀਟੋ ਵਾਲੇ ਦਾ ਵੀ ਗਾਣਾ ਬੜਾ ਪ੍ਰਸਿੱਧ ਹੋਇਆ ਕਿੱਧਰ ਗਿਆ ਜੀ ਜਿਹੜੀ ਵਿੱਚ ਘੇਰ ਲਿਆ ਨਹੀਂ ਸਪਲੈਂਡਰ ਜਾ ਰਿਹਾ ਵਾ ਸਲਪੈਂਡਰ ਅੱਜ ਬੈਸਟਾਂ ਨੂੰ ਸਲਪੈਂਡਰ ਬਾਈ ਗੱਲ ਹੋਣ ਗਈ ਆ ਬੈਸਟਾਂ ਨੂੰ ਸਲਪੈਂਡਰ ਹਾਂ ਸਲਪੈਂਡਰ ਸਪਲੈਂਡਰ ਸਲਪੈਂਡਰ ਹਾਂ ਗੱਲਬਾਤ ਵੱਡੀ ਸਪਲੈਂਡਰ ਦਾ ਮਤਲਬ ਹੁੰਦਾ ਵਰਿੰਦਰਾ ਖੁਸ਼ੀਆਂ ਤੇ ਸਪਲੈਂਡਰ ਪਲੱਸ ਦਾ ਮਤਲਬ ਹੁੰਦਾ ਖੁਸ਼ੀਆਂ ਹੀ ਖੁਸ਼ੀਆਂ ਜੱਸਾ ਸ਼ੇਰੂ ਤੇ ਸ਼ੇਰੂ ਜੱਸੇ ਤੇ ਜਿੰਨੇ ਪੁਆਇੰਟ ਮਾਰਨਗੇ ਉਹਨੇ 200 ਅੰਕਿਤ ਗੁਲੀਆ ਕੈਨੇਡਾ ਵੱਲੋਂ ਮਤਲਬ ਅੰਕਿਤ ਗੁਲੀਆ ਕੈਨੇਡਾ ਭਰਾ ਸਾਡਾ ਉਹ ਵੀਰ ਕਹਿੰਦਾ ਵੀ ਜੱਸਾ ਸ਼ੇਰੂ ਤੇ ਬਾਲ ਮਾਰ ਕੇ ਤੇ ਸ਼ੇਰੂ ਜੱਸੇ ਤੇ ਬਾਲ ਮਾਰ ਕੇ ਜਿੰਨੇ ਨੰਬਰ ਜੋੜਦੇ ਨੇ ਉਹਨੇ 200 ਹਰ ਇੱਕ ਨੰਬਰ ਦਾ ਰੁਪਈਆ 200 ਦਿੱਤਾ ਜਾਣਾ ਇੱਕ ਜਣਾ ਨੋਟ ਕਰ ਲਿਓ ਰੈਫਰੀ ਨੂੰ ਕਹਿ ਹਰਵਿੰਦਰ ਮਾੜਾ ਸ਼ੇਰੂ ਜੱਸੇ ਤੇ ਜੱਸਾ ਸ਼ੇਰੂ ਤੇ ਜਿੰਨੇ ਪੈਣ ਮਾਰੂ ਨੋਟ ਰੱਖੀ ਹਾਂ ਇਹ ਜ਼ਰੂਰ ਨੰਬਰ ਨੋਟ ਕਰ ਲੈ ਹਾਂਜੀ ਓਕੇ ਜੀ ਸਕੋਰ ਅਜੇ ਤਾਂ ਚੱਲੇ ਹੀ ਆ ਕੰਮ ਰੂਪੀ ਵੀਰੇ ਚੱਲੇ ਹੀ ਆ ਜਾ ਵੀਰੇ ਆਹ ਬੜਾ ਟਾਪ ਦਾ ਮੈਚ ਇੱਕ ਵਾਰੀ ਤਾੜੀ ਮਾਰੋ ਯਾਰ ਦੋਨੋਂ ਟੀਮਾਂ ਦੇ ਲਈ ਓਹੋ ਬੱਲੇ ਬੱਲੇ ਰੂਪੀ ਤਾੜੀ ਮਾਰੋ ਐਂਡ ਮੈਚ ਲੱਗਣਾ ਐਂਡ ਵੀਰੇ ਲਓ ਸਾਹਮਣੇ ਬੜਾ ਟਾਪ ਦਾ ਮੈਚ ਆ ਮੇਰੇ ਮਿੱਤਰੋ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਇਧਰ ਸੰਗਤ ਕਹਿੰਦੇ ਮੇਰੇ ਮਿੱਤਰੋ ਜਿੰਨੀ ਵੀ ਲਾਈਵ ਜੁੜੀ ਹੈ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਹੈ ਸਕੋਰ ਦੱਸੀ ਚੱਲਾਂਗੇ ਬਾਈ ਦੱਸੀ ਜਾਵਾਂਗੇ ਜੀ ਸਕੋਰ ਦੱਸੀ ਜਾਵਾਂਗੇ ਬਾਈ ਇਸ ਵੱਡੇ ਕੱਪ ਦੇ ਉੱਤੇ ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣਾ ਸਿਆਣੇ ਬੰਦੇ ਪਹਿਲਾਂ ਗੱਲ ਸੋਚ ਦੇ ਵਿਚਾਰ ਦੇ ਮੂਰਖਾਂ ਦਾ ਕੰਮ ਆਓ ਗੱਲ ਗੱਲ ਉੱਤੇ ਹੱਸਣਾ ਮਰਦ ਗੁਲਾਮ ਕਰੇ ਚਲੋ ਸ਼ੇਅਰ ਕਰੇ ਸ਼ੇਅਰ ਕਰੀ ਚਲੋ ਫਾਈਨਲ ਆ ਜੀ ਫਾਈਨਲ ਦੀ ਨਾ ਸੁਖੀ ਤੋਪ ਰੋਣ ਵਾਲਾ ਮਰੀ ਪੈਂਦੀ ਮਤਲਬ ਪਵਾਲਿਆ ਮੇਰ ਤੇ ਨਾ ਗੁੱਡੀ ਰਹਿੰਦੀ ਬੋਲਦੀ ਗਰਾਉਂਡਾਂ ਵਿੱਚ ਹੋ ਕਦੇ ਨਾ ਲੁਕਾਇਆ ਲੁਕੇ ਸੱਚ ਰੂਪ ਵਾਲਿਆ ਮੇਰ ਤੇ ਨਾ ਗੁੱਡੀ ਰਹਿੰਦੀ ਬੋਲਦੀ ਗਰਾਉਂਡਾਂ 'ਚ ਤੇ ਕਦੇ ਨਾ ਲੁਕਾਇਆ ਲੁਕੇ ਸੱਚ ਰੂਪ ਵਾਲਿਆ ਨੰਬਰ ਕਦੇ ਮੁੰਡੇ ਯੂਪੀ ਵਾਲਿਆਂ ਨੇ ਵੀ ਜੋੜ ਦਿੱਤੇ ਆਪਣੀ ਟੀਮ ਦੇ ਲਈ ਆਹ ਬੱਲੇ 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 ਸਪਲੈਂਡਰ ਸਪਲੈਂਡਰ ਕਰਦੇ ਤੇਰੇ ਫਿਰਦੇ ਆ ਸਵਾਲ ਵੱਧ ਗਿਆ ਲੈ ਵੀ ਢਾਬਾ ਵਾਲਿਆ ਅੱਜ ਚੋਰ ਲਾਉਣਾ ਪਊਗਾ ਪਹੁੰਚਿਆ ਹੋਇਆ ਸਵਾਲ ਵੱਖਰਾ ਸਾਹਮਣੇ ਤਾਇਆ ਜੀ ਦਾ ਵੀ ਬੜਾ ਧੰਨਵਾਦ ਕਰਦੇ ਆ ਜਵਾਕਾਂ ਦੇ ਤਾਇਆ ਜੀ ਵੀ ਆਏ ਹੋਏ ਆ ਸਕੋਰ ਸਕੋਰ ਪਰਮਜੀਤ ਪੁੱਜੇ ਸੋਈ ਵਾਲਾ ਔਰ ਵੱਡਾ ਵੀਰ ਆ ਸਾਡਾ ਅੱਜ ਦੇ ਵੱਡੇ ਕੱਪ ਦੇ ਉੱਤੇ ਤਿੰਨ ਇੱਕ ਪੁਆਇੰਟ ਆਵਰੇ ਤਿੰਨ ਇੱਕ ਯੂਕੇ ਵਾਲਾ ਭਰਾ ਸਾਡਾ ਕਹਿੰਦਾ ਵੀ ਸ਼ੇਰੂ ਜਸਕੇ ਦੇ ਬਾਲ ਮਾਰ ਕੇ ਸਿੰਗਲ ਐਂਡ ਹਾਂਜੀ
ਸਿੰਗਲ ਹੈਂਡ ਸ਼ੇਰੂ ਜੱਸੇ ਤੇ ਜੱਸਾ ਸ਼ੇਰੂ ਤੇ ਸਿੰਗਲ ਹੈਂਡ ਸ਼ੇਰੂ ਜੱਸੇ ਤੇ ਜੇ ਸਿੰਗਲ ਹੈਂਡ ਮਾਰਦਾ ਤੇ ਜੱਸਾ ਸ਼ੇਰੂ ਤੇ ਜੇ ਸਿੰਗਲ ਹੈਂਡ ਮਾਰਦਾ ਜਿੰਨੀਆਂ ਸਿੰਗਲਾਂ ਨਾਲ ਮਾਰਦੇ ਨੇ ਭਰਾ ਸਾਡੇ ਔਰ ਪਤਾ ਲੱਗੇ ਵੀ ਮਿੱਤਰਾਂ ਨੰਬਰ ਜੋੜਿਆ ਤੇ ਉਹਨੇ ਕਿ 100 ਦਿੱਤੇ ਜਾਣੇ ਆ ਆਹ ਗੱਲਾਂ ਬਾਤਾਂ ਵੱਡੀਆਂ ਨੇ ਵਿਜੇ ਮਲਕ ਯੂਕੇ ਵਾਲੇ ਕਮੈਂਟ ਕਰਿਓ ਜੀ ਕਮੈਂਟ ਰੋਕ ਕੇ ਹੈਲੋ ਲੈ ਕੇ ਕਮੈਂਟ ਕਰਿਓ ਵੀਰੇ ਵੱਡੀ ਗੱਲ ਬਾਤ ਲਓ ਸਭ ਓਏ ਤੋ ਆਪੇ ਕਹਿੰਦੇ ਹੈਲੋ ਲੈ ਕੇ ਕਮੈਂਟ ਕਰਿਓ ਵੀਰੇ ਹੈਲੋ ਲੈ ਕੇ ਕਮੈਂਟ ਆਹ ਗੱਲਾਂ ਬਾਤਾਂ ਚਾਰ ਚੈਣਿਆਲ ਇੱਕ ਯੂਪੀ ਆਈ ਜਾਂਦੇ ਆ ਕਮੈਂਟ ਵੀਰੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅਮਰਿੰਦਰ ਜੀ ਮਾਨ ਕੁਰਕਣੀ ਕੈਨੇਡਾ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਅਮਰਿੰਦਰਜੀਤ ਮਾਨ ਕੁਰਕਣੀ ਕੈਨੇਡਾ ਜਤਿੰਦਰ ਕੋਕਰੀ ਕੈਨੇਡਾ ਦਾ ਵੀ ਧੰਨਵਾਦ ਸਟਾਰ ਭੇਜਿਆ ਬਹੁਤ ਧੰਨਵਾਦ ਸਿੰਘ ਬਾਜਵਾ ਕੈਨੇਡਾ ਜਿਹਦੇ ਜੱਸਾ ਮੈਂ ਜਿੱਤੇ ਤੇ ਆਪਾਂ 2100 ਦੇ ਦੇਣਾ ਵੱਡਾ ਹਾਰ ਹੋ ਗਿਆ ਬਹੁਤ ਸਿੰਘ ਬਾਜਵਾ ਕੈਨੇਡਾ ਵਾਲਾ ਉਹ ਕਹਿੰਦਾ ਜੇ ਜੱਸਾ ਜਿੱਤ ਗਿਆ ਤੇ ਆਪਾਂ 2100 ਦੇ ਨਾਲ ਮਾਨ ਕਰਾਂਗੇ ਬਹੁਤ ਅਮਰਿੰਦਰਜੀਤ ਮਾਨ ਭਰਾ ਸਾਡਾ ਕੁਰਕਣੀ ਪਿੰਡ ਵਾਲਾ ਅੱਜ ਕੱਲ੍ਹ ਰਹਿੰਦਾ ਵਿੱਚ ਕੈਨੇਡਾ ਦੇ ਉਹ ਕਹਿੰਦਾ ਜੇ ਜੱਸਾ ਮੈਂ ਜਿੱਤੇ ਤੇ ਆਪਾਂ 2100 ਦੇ ਦੇਣਾ ਔਰ ਬੁੱਧ ਸਿੰਘ ਬਾਜਵਾ ਕੈਨੇਡਾ ਕਹਿੰਦਾ ਵੀ ਜੇ ਜੱਸਾ ਮੈਚ ਜਿੱਤ ਜਾਵੇ ਜੱਸਾ ਜਿੱਤੇ ਸਪਲੈਂਡਰ ਤੇ ਆਪਾਂ ਲਾਈਵ ਵਾਲੇ ਵੀਰਾਂ ਦੇ ਔਰ ਦੋਨੋਂ ਬੁਲਾਰਿਆਂ ਨੂੰ ਖੁੱਲ੍ਹੀ ਪਾਰਟੀ ਕਰ ਦੇਵਾਂਗੇ ਆਹ ਗੱਲਾਂ ਹੋਣਗੀਆਂ ਮਿੱਤਰ ਮਿੱਤਰ ਬੁੱਧ ਜਤਿੰਦਰ ਕੋਕਰੀ ਕੈਨੇਡਾ ਉਹ ਕਹਿੰਦਾ ਵੀ ਜੇ ਜੱਸਾ ਬੈਸਟ ਬਣਵਾ ਦੇ 3100 ਤੇ 3100 ਦਿੱਤਾ ਜਾਣਾ ਮਿੱਤਰ ਆਹ ਗੱਲਾਂ ਪੁਆਇੰਟ 4-1 ਵੀਰੇ 4 ਜੱਸਾ 1 ਸ਼ੇਰੂ ਫਿਰ ਦੇ ਗਰਾਊਂਡ ਦੇ ਅੰਦਰ ਮਿੱਤਰਾ ਵੀ ਮੁੜ ਕੋ ਮੁੜ ਕੀ ਹੋ ਗਿਆ ਲੱਗਿਆ ਚੋਰ ਚੋਬਰਾ ਦਾ 4-1 ਵੀਰੇ 4-1 ਚੱਲ ਪਿਆ ਢਾਬਾ ਵਾਲਾ ਜਿਹੜੀ ਜਵਾਨੀ ਗਰਮ ਖੂਨ ਤੇ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਤੜਕੇ ਨਹੀਂ ਭੱਜਦੇ ਸਾਡੇ ਖੇਲੇ ਮਰਦ ਮਦਾਨੋ ਬਹੁਤ ਡਰ ਕੇ ਨਹੀਂ ਭੱਜਦੇ ਆਹ ਟੀਮਾਂ ਦਾ ਮੇਰੇ ਮਿੱਤਰੋ ਜਿੱਥੇ ਜਿੱਥੇ ਵੀ ਮੈਚ ਲੱਗਿਆ ਤੇ ਇਤਿਹਾਸ ਹੀ ਬਣਿਆ ਅੱਜ ਮਹਿਰਾਜ ਦੇ ਪੱਟੇ ਕੱਪ ਦਿੱਤੇ ਆ ਔਰ ਪਿਛਲੇ ਸਾਲ ਸਾਈਕਲ ਜਿਹੜੇ ਦਿੱਤੇ ਗਏ ਤੇ ਮੈਨੂੰ ਲੱਗਦਾ ਵੀ ਬਈ ਵਾਲੇ ਚੌਂਟੀ ਨੇ ਉਹ ਸਾਈਕਲ ਜਿੱਤਿਆ ਤੇ ਦੂਸਰਾ ਬਾਈ ਭੂਰਾ ਸੀ ਮੇਰੇ ਹਾਂ ਓਕੇ ਜੀ ਭੂਰਾ ਹੀ ਸੀ ਬਾਕੀ ਪਤਾ ਨਹੀਂ ਦੂਸਰੇ ਸਾਈਕਲ ਜੇਤੂ ਭੂਰਾ ਰਿਹਾ ਬਾਈ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਵੱਡੇ ਕਹਿੰਦੇ ਮਾਣ ਵਾਲੀ ਗੱਲ ਆ ਵੀ ਜਦੋਂ ਜਦੋਂ ਵੀ ਮਹਾਰਾਜ ਵਾਲੇ ਕੱਪ ਕਰਵਾਉਂਦੇ ਸਿਰਾਈ ਕਰਾਉਂਦੇ ਆ ਸਿਰਾਈ ਕੀ ਜਿਹੜੀ ਬੈਸਤਾਂ ਦੇ ਲਈ ਹੁੰਦੀ ਆ ਜ਼ਰੂਰ ਲਓ ਸਾਹਮਣੇ ਪਹਿਲੇ ਪੁਆਇੰਟ ਬੋਲ ਕੇ ਮੁੰਡਿਆਂ ਨੇ ਰੱਬ ਆਪਣੇ ਸਾਫ ਕਰ ਦਿੱਤੇ ਆ ਮੇਰੇ ਮਿੱਤਰੋ ਵੀ ਜਿਹੜਾ ਪਹਿਲਾ ਕਰ ਗਿਆ ਪਹਿਲਾ ਤੇ ਅਣਖ ਦਵਾਉਂਦੀ ਚਿੱਟਾ ਦਾਵਾ ਰਾਜੇ ਖੇਲੇ ਦਾ ਅਣਖ ਦਵਾਉਂਦੀ ਚਿੱਟਾ ਵੀ ਦਾਵਾ ਰਾਜੇ ਖੇਲੇ ਦਾ ਉੱਧਰ ਰਾਜਸਰ ਵਾਲਾ ਇੱਧਰ ਕਹਿੰਦੇ ਢਾਬਾ ਵਾਲਾ ਔਰ ਦੋਨੋਂ ਖਿਡਾਰੀਆਂ ਦੀ ਕਹਿੰਦੇ ਚੱਲਦੇ ਟਾਈਮ ਦੇ ਵਿੱਚ ਵੱਡੀ ਕੈਨੇਡਾ ਪਰ ਨੰਬਰ ਤੇ ਅੱਖਾਂ ਮੁੰਡਿਆਂ ਵੀ ਕੱਲਾ ਕੱਲਾ ਪੁਆਇੰਟ ਬੜਾ ਕੀਮਤੀ ਆ ਫਾਈਨਲ ਮੈਚ ਦਾ ਕਿਉਂਕਿ ਕੱਲੇ ਕੱਲੇ ਪੁਆਇੰਟ ਨੇ ਮੋਟਰਸਾਈਕਲ ਦੇ ਮੋਟਰਸਾਈਕਲ ਤੋਂ ਦੂਰ ਕਰੀ ਜਾਣਾ ਲਓ ਦੇਖਾਂਗੇ ਕਰੀ ਚਲੋ ਸ਼ੇਅਰ ਕਰੀ ਚਲੋ ਸ਼ੇਅਰ ਵੀਰੇ ਰਾਏ ਸਰ ਵਾਲਾ ਕਹਿੰਦੇ ਪੂਰਾ ਫਿੱਟ ਲੱਗਦਾ ਚ ਉਹ ਮੁੰਡਾ ਗਿੱਲ ਪਰਿਵਾਰ ਦਾ ਤੇ ਇਧਰਲੇ ਪਾਸੇ ਧੰਨਵਾਦ ਜੀ ਅਮਨ ਭਰਾ ਨੇ ਸਟਾਰ ਭੇਜਿਆ ਧੰਨਵਾਦ ਜੀ
ਅਮਨ ਮਦਨ ਨੇ ਸਟਾਰ ਭੇਜਿਆ, ਦਿਲ ਤੋਂ ਧੰਨਵਾਦ ਅਮਨ ਮੇਰੇ ਸਟਾਰ ਭੇਜਣ ਵਾਸਤੇ, ਦਿਲ ਤੋਂ ਧੰਨਵਾਦ ਜੀ। ਸਾਹਮਣੇ ਉਧਰ ਮੇਰੇ ਮਿੱਤਰ ਜਸ਼ਨ ਜਸਕਰਨ ਕਲਾਲਾ, ਜਸਕਰਨ ਕਲਾਲਾ ਵਿੱਚ ਅੱਜ ਕੱਲ ਕੈਨੇਡਾ ਦੇ ਮੁਰਗਾ ਦਾ ਜੇ ਰਾਏ ਸਰ ਦਾ ਜਸਾ ਚ ਬੈਸਟ ਬਣੇ ਤੇ ਭਰਾ ਵੱਲੋਂ 1100 ਦਿੱਤਾ ਜਾਵੇਗਾ ਰਾਏ ਸਰ ਦੇ ਵੱਡੇ ਕੱਪ ਦੇ ਉੱਤੇ। ਅੱਜ ਮੈਚ ਮੇਰੇ ਵੱਲੋਂ ਬੜੇ ਟਾਪ ਦਾ ਨੌਜਵਾਨਾਂ ਦੀ ਲਾਗੇ ਬਰਸੀਨ, ਆਓ ਕਦੋਂ ਉੱਗਦੀਆਂ ਮੱਕੀਆਂ ਨਵੇਂ ਦੀ ਸੋਚ ਵਾਲੇ, ਆਓ ਕਰਦੇ ਤਰੱਕੀਆਂ ਭਾਈ ਲਾਲ ਜਿਹੜੇ ਕੀੜੇ ਜਿਹੜੇ ਖੋਪੜੀ ਚ ਪਾਲਦੇ ਮੈਨੂੰ ਉਹੀ ਇੱਕ ਦਿਨ ਧਿਆਨ ਤੁਸੀਂ ਰੱਖਿਓ ਅੰਕਿਤ ਵੀਰੇ, 9 ਮਿੰਟ ਮੈਂ ਕਰਾ ਦਿੰਦਾ, ਕਿੰਨੇ ਬਲੌਕ ਕਰੂ ਪਰਮਾ ਤੁਸੀਂ ਧਿਆਨ ਰੱਖਣਾ ਭਾਈ, ਜ਼ਿੰਦਗੀ ਦੇ ਸਭ ਨਾਲੇ ਢਾਈ ਹੁੰਦੇ ਨਾ ਗਰਲਾਲ ਜੱਸਾ ਜੇ ਅੱਜ ਮੋਟਰਸਾਈਕਲ ਜਿਹਦਾ ਤੇ 1100 ਸਰਦਾਰ ਗੁਰਮੀਤ ਸਿੰਘ ਜੀ ਰੀਟਰ ਸਾਹਿਬ ਖਿਆਲੀ ਵਾਲੇ ਤੋਂ ਉਹ ਵੀ ਪੁੱਜੇ ਹੋਏ, ਇਹਨਾਂ ਦਾ ਬਹੁਤ ਬੜਾ ਧੰਨਵਾਦ ਹੈ। ਉਹ ਕਹਿੰਦੇ ਜੇ ਚੱਲਦਾ ਹੋਇਆ ਮੈਚ ਔਰ ਚੈਣੇ ਵਾਲੀ ਮੁੰਡੇ ਜਿੱਤ ਜਾਣ ਔਰ ਜੱਸਾ ਜਿੱਤੇ 5-1 ਚੇਂਜ ਔਰ ਜੱਸਾ ਮੇਰੇ ਮਿੱਤਰ ਮੋਟਰਸਾਈਕਲ ਜਿੱਤੇ ਤੇ 1100 ਦਿੱਤਾ ਜਾਵੇਗਾ। ਪਾਣੀ ਵਾਲਾ ਵੀਰ ਪਾਣੀ ਜ਼ਰੂਰ ਪਹੁੰਚਦਾ ਕਰੇ ਜੀ, ਲੈ ਵੀ ਪਾਣੀ ਜ਼ਰੂਰ ਪਹੁੰਚਦਾ ਕਰ ਦਿਓ ਪ੍ਰਧਾਨ ਜੀ, ਨਾਲ ਹੀ ਪੁਆਇੰਟ ਜ਼ਰੂਰ ਦੱਸੋ ਹੈਲੋ ਅੰਕਿਤ ਗੁਲੀ ਦਾ ਕੈਨੇਡਾ ਜੀ। ਉਹ ਕਹਿੰਦੇ ਵੀ ਜੇ ਪਰ ਬਲੌਕ ਕਰ ਦੋ ਤੇ ਆਪਾਂ 100 ਦੇ ਦਿੰਦੇ, ਧਿਆਨ ਤੁਸੀਂ ਰੱਖਿਓ ਅੰਕਿਤ ਵੀਰੇ ਕਿੰਨੇ ਬਲੌਕ ਹੋ ਜਾਣਗੇ, 5-1 ਪੁਆਇੰਟ ਜੀ, 5-1 ਸ਼ੇਰੂ ਉਹ ਚੈਣੇ ਵਾਲੀ ਟੀਮ ਨੇ ਦੂਸਰੀ ਸਾਈਡ ਨੰਬਰ 1 ਸੋਹਣੇ ਵੀਰਾ ਜੇ ਸਚਿਨ ਜੀ ਤਾਂ ਤੁਹਾਨੂੰ ਕਹਿਣਾ ਓਕੇ ਜੀ, ਸਚਿਨ ਮੋਟਰਸਾਈਕਲ ਜਿੱਦਾਂ ਦਿੱਤਾ ਵੀ ਖੁੱਲੀ ਦਿੱਤਾ ਜਾਣਾ, ਮੈਂ ਕਹਿੰਦਾ ਚੱਲ ਗਿਆ ਤਾਂ ਗਲਤੀਆਂ ਨੀ ਨੋਟ ਹੁੰਦੀਆਂ, ਕੱਲੇ ਮੇਰੇ ਹਿਸਾਬ ਨਾਲ ਪੁਆਇੰਟ ਹੀ ਲਿਖਦੇ ਆ ਜੀ, ਸਾਹਮਣੇ ਮੈਚ ਬੜੇ ਵਧੀਆ ਖੇਡੇ ਜਾ ਰਹੇ ਨੇ ਮੇਰੇ ਮਿੱਤਰ ਖੇਡ ਗਰਾਊਂਡ ਦੇ ਅੰਦਰ ਦੇਖੀ ਜਾਣਾ ਵੀਰੇ, ਮਤਲਬ ਹੀ ਐ ਨਹੀਂ ਕੋਈ ਲਾਈਵ ਰੁਕਦੇ ਯਾਰ, ਮੇਰੇ ਕੋਲੇ ਵੀ ਰੁਕੇ ਨਾ ਦੇਖੋ ਫੁੱਲ ਸਿਰੇ ਦੀ ਖੇਡ ਚੱਲੀ ਜਾਂਦਾ ਬਾਈ ਯਾਰ, ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ, ਆਹ ਸਾਹਮਣੇ ਕਹਿੰਦੇ ਸਿਰੇ ਦੀ ਖੇਡ ਜਿਹੜੀ ਖੇਡੀ ਜਾ ਰਹੀ ਹੈ, ਨੰਬਰ ਦੇਖਾਂਗੇ ਕੌਣ ਦੇਊਗਾ, ਢਾਪ ਵਾਲਾ ਵੀ ਕਹਿੰਦੇ ਭੱਜਿਆ ਤੇਰਾ ਫਿਰਦਾ ਆਹ ਥੱਲੇ ਚੈਣੇ ਵਾਲੀਆ ਕਹਿੰਦੇ ਪਰਮ ਪਟਾਕਾ ਪਾ ਗਿਆ ਵੀਰੇ, ਧਿਆਨ ਰੱਖਿਓ ਜੀ ਇੱਕ ਹੋ ਗਈ ਪਰਮ ਦੀ ਅੰਕਿਤ ਬਾਈ, ਕੋਟੀ ਦਾ ਫਾਈਨਲ ਮੈਚ ਹੈ, ਸੱਤ ਲੈਂਟਰ ਦਿੱਤਾ ਜਾਣਾ ਔਰ ਭਰਾਵਾਂ ਨੇ ਕਹਿੰਦੇ ਬੜੀ ਰੀਜ ਨੰਬਰ ਚਾਰ ਵਾਰ ਮੇਲਾ ਕਰਵਾਇਆ, ਮੁੰਡੇ ਕਹਿੰਦੇ ਚੈਣੇ ਵਾਲੀਏ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਤਿਆਰ ਦੇ ਪਾਪੇ ਵਰਗੇ, ਔਰ ਕਹਿੰਦੇ ਚੈਣੇ ਵਾਲੇ ਪਿੰਡ ਦੇ ਜਿਹਾਰ ਵਰਗੇ, ਮੁੰਡੇ ਕਹਿੰਦੇ ਮਾਨਸਾ ਵਾਲੇ ਅੱਜ ਫੇਰੇ ਫਿਰਦੇ ਆ, ਲੈ ਵੀ ਮਾਜਰੇ ਵਾਲਿਆ ਸਵਾਲ ਫੇਰਾ ਕੱਬੀ ਬਾਲ ਲਾ ਕੇ ਦਿਖਾਵੇ ਜੀ, ਉਹਦੇ ਵਿੱਚ ਹੈ ਕਠਪਾਲ ਜੀ ਉਹਨਾਂ ਵੱਲੋਂ ਪਾਣੀ ਵਾਲੇ ਵੀਰ ਦੇ ਲਈ 100 ਆਇਆ, ਬਹੁਤ ਬੜਾ ਧੰਨਵਾਦ ਕਰਦੇ ਆ, ਬਹੁਤ ਹੀ ਸਤਿਕਾਰ ਜੋਗੜੇ ਸਾਡੇ ਜੈ ਕਠਪਾਲ ਉਹਨਾਂ ਵੱਲੋਂ 100 ਪਾਣੀ ਵਾਲੇ ਵੀਰ ਦੇ ਲਈ ਆਇਆ, ਚਾਨੀ ਦੇ ਵਿਰੁੱਧ ਤੋਂ ਭਰਾ ਸਾਡਾ ਜ਼ਰੂਰ ਪ੍ਰਾਪਤ ਕਰ ਲਵੇਗਾ, ਪਰ ਇਹਦੇ ਇੱਕ ਬੜਾ ਵਧੀਆ ਮੈਚ ਹੈ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ, ਆਹ ਖੇਡਿਆ ਜਾ ਰਿਹਾ ਨੌਜਵਾਨਾਂ ਵੀ ਨੱਚਦੀ ਜਵਾਨੀ ਚੰਗੀ ਲੱਗੇ ਹੱਸਦੀ ਤੇ ਖੇਡਦੀ ਜੱਟ ਦਾ ਮਾਪਿਆਂ ਦਾ
ਤੇ ਸੂਰਮੇ ਦੀ ਸੋਭਾ ਦੇ ਮਦਾਨੇ ਜੰਗ ਲੜੇ ਤਾਂ ਸੂਰਮੇ ਦੀ ਸੋਭਾ ਦੇ ਮਦਾਨੇ ਜੰਗ ਲੜੇ ਤਾਂ ਔਕਾ ਦੇ ਖੇਡ ਦੇ ਮੈਦਾਨ ਚ ਨੰਬਰ ਇੱਕ ਹੋਰ ਬਿਲਕੁਲ ਬਿਲਕੁਲ ਦਵਿੰਦਰ ਸਿੱਧੂ ਕਲਾਲਾ ਕੈਨੇਡਾ ਦੀ ਟੀਮ ਦੇ ਖਾਤੇ ਵਿੱਚ ਜਾ ਗਿਆ ਕਹਿੰਦੇ 6 ਪੁਆਇੰਟ ਆ ਜੀ 6 ਕਰੇ ਪੁਰਬੀ ਲੱਗਿਆ ਤੇ ਤੂੰ ਤੂੰ ਮੈਂ 6 ਪੁਆਇੰਟ ਆ ਜੀ ਮੇਰੀ ਖਾਸੀ ਹੋਈ ਸੀ ਮੇਰੇ ਮਿੱਤਰੋ 6 ਚੇੜੇ ਵਾਲ ਇੱਕ ਯੂਪੀ ਅੱਜ ਫੇਰ ਉਹ ਭਾਜੀ ਟੁਕਣੀ ਕਰਦੇ ਮੁੰਡੇ ਤੇ ਜਾਂ ਫਿਰ ਬਦਲਾ ਲੈਣਗੇ ਮੁੰਡੇ ਯੂਪੀ ਵਾਲੇ ਗੱਲ ਕਹਿੰਦੇ ਮੌਕੇ ਵੀ ਹੋਣੀ ਆ ਮੇਰੇ ਮਿੱਤਰੋ ਚੋਟੀ ਦਾ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਪਰ ਕਹਿੰਦੇ ਬੱਦੀ ਲੀਡ ਮੁੰਡੇ ਚੈਣੇ ਵਾਲੀਆਂ ਨੇ ਬਣਾ ਰੱਖੀ ਹੈ ਵੀ ਮੋਗੇ ਵਾਲੇ ਫੌਜ ਵਿੱਚ ਬਾਹਰੇ ਭਰਤੀ ਤੇ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਲੋਹੇ ਨਾਲ ਮੱਥਾ ਮਾਰਦੇ ਮਲੋਟ ਦੇ ਤੇ ਮਾਨਸਾ ਦੇ ਜੱਟ ਸੁਲਝਾਉਣ ਮਸਲਾ ਕਿੱਧਰ ਨੂੰ ਜਾਂਦਾ ਸਲਪੈਂਡਰ ਕਮੈਂਟ ਜ਼ਰੂਰ ਕਰਿਓ ਸਲਪੈਂਡਰ ਕਿੱਧਰ ਨੂੰ ਜਾਊ ਬਈ ਪਠਿੰਦੇ ਅਸਲਾ ਅੱਜ ਕਹਿੰਦੇ ਪਠਿੰਦੇ ਦੇ ਪੜਾਕੇ ਪੈਂਦੇ ਆ ਲਓ ਜੀ ਜੈ ਕਟਪਾਲ ਵਾਲਾ 100 ਰੁਪਏ ਆਪਾਂ ਨੱਥ ਵਾਲੀ ਬਣਾ ਲਈ ਬਾਬਾ ਜੀ ਦੀ ਕਰਦਾ ਪਾਉਂਦਾ ਜੀ ਬੱਲੇ ਢਾਪਾ ਵਾਲਾ ਇਹ ਹਟ ਜੋ ਪਾਸੇ ਨੰਬਰ ਦੇਖਾਂਗੇ ਕੌਣ ਜੋੜੂਗਾ ਆਪਣੀ ਟੀਮ ਦੇ ਲਈ ਲੈ ਵੀ ਰਾਏ ਸਰ ਵਾਲਿਆ ਆ ਮੁੰਡੇ ਜਿਹੜੇ ਆ ਕੇ ਗਏ ਉਹ ਕਹਿੰਦੇ ਦੱਸਣਾ ਪੈਣਾ ਲੋਕਾਂ ਫੇਰ ਮੰਨਣਾ ਵੀ ਵਾਲੀਬਾਲ ਦੀ ਤੋਪ ਆਈ ਹੋਈ ਆ ਸ਼ੇਰੂ ਮੋਟਰਸਾਈਕਲ ਦਿੱਤੇ ਤੇ ਆਪਣੇ ਵੱਲੋਂ 2100 ਦਿੱਤਾ ਜਾਣਾ ਨੌਜਵਾਨਾਂ ਜੇ ਸੱਜਣ ਤੇ ਇੱਧਰ ਸਰੀਏ ਜੱਸਾ ਮੋਟਰਸਾਈਕਲ ਦਿੱਤੇ ਤੇ ਰੁਪਇਆ 1100 ਦਿੱਤਾ ਜਾਵੇਗਾ ਮੇਰੇ ਮਿੱਤਰੋ ਵੱਡੀਆਂ ਟੀਮਾਂ ਦੇ ਔਰ ਵੱਡੇ ਖਿਡਾਰੀ ਜਿਹੜੇ ਅੱਜ ਦੇ ਵੱਡੇ ਕੱਪ ਦੇ ਉੱਤੇ ਪੁੱਜੇ ਹੋਏ ਆ ਮੁੰਡਾ ਸਰਵਿਸ ਕਰਨ ਲਈ ਬਿਲਕੁਲ ਤਰ ਬਰ ਤਿਆਰ ਹੈ ਕਿੰਨੇ ਕੰਮ ਦੇ ਅੰਦਰ ਸਾਰੇ ਭਰਾਵਾਂ ਦਾ ਬਹੁਤ ਸਵਾਗਤ ਹੈ ਜੀ ਤੁਸੀਂ ਦੇ ਰਹੇ ਹੋ ਸ਼ੇਰੇ ਪੰਜਾਬ ਦੇ ਵਾਲੀਬਾਲ ਕੱਚੀ ਲਾਈਵ ਤੇ ਚੰਗੀਆਂ ਨੇ ਅੱਜ ਦੇ ਵੱਡੇ ਕੱਪ ਦੇ ਉੱਤੇ 300 ਦੇ ਲਗਭਗ ਸਾਰੇ ਜੁੜੀਆਂ ਸਾਰੇ ਧੰਨਵਾਦ ਜੀ ਬਦਲਾ ਲੈਣੀ ਚਾਹੁੰਦਾ ਜੇ ਮਾਂ ਦਾ ਜਾਇਆ ਬਦਲਾ ਲੈਣੀ ਸੋਹਣਿਆ ਜੇ ਮਾਂ ਦਾ ਜਾਇਆ ਫਰਕ ਵੱਡਾ ਪਰ ਉਧਰ ਫਿਰਦਾ ਨਜ਼ਾਰਾ ਆਈ ਜਾਂਦਾ ਤੇ ਨਜ਼ਾਰਾ ਜਾਈ ਜਾਂਦਾ ਨੰਬਰ ਇੱਕ ਹੋਰ ਵੱਧ ਗਿਆ ਹੈ ਜੀ ਗੁਰਲਾਲ ਕਰ ਗੱਲ ਥੋੜੀ ਬਹੁਤੀ ਗਿਣਬਣ ਵੀ ਹੁੰਦੀ ਜਾ ਰਹੀ ਹੈ ਸ਼ੁਰੂਆਤ ਕੀਤੀ ਇਹਨਾਂ ਬੋਲਾਂ ਦੀ ਤੇ ਬਹੁਤ ਸਾਥ ਦਿੱਤਾ ਜੱਟਾਂ ਨੇ ਬਹੁਤ ਧੰਨਵਾਦ ਬਾਈ ਅਮਨ ਮਦਿਆਂ ਨੇ ਸਟਾਰ ਭੇਜਿਆ ਇੱਕ ਵਾਰ ਫੇਰ ਲੋ ਵੱਡੀ ਸਪੋਰਟ ਸਟਾਰਾਂ ਦੀ ਬਹੁਤ ਧੰਨਵਾਦ ਅਮਨ ਬਾਈ ਜਿਹੜਾ ਵੀ ਖਿਆਲੀ ਵਾਲੇ ਦੇ ਮਦਿਆਂ ਨੇ ਸਟਾਰ ਭੇਜਿਆ ਇੱਕ ਵਾਰ ਫੇਰ ਲੋ ਵੱਡੀ ਸਪੋਰਟ ਸ਼ੇਰੇ ਪੰਜਾਬ ਦੇ ਵਿੱਚ ਭੇਜ ਰਹੇ ਆ ਬਹੁਤ ਧੰਨਵਾਦ ਜੀ ਮੇਲੇ ਦੀਆਂ ਤਰੀਫਾਂ
ਕਰਦੀਆਂ ਰਹਿਣਾ ਨਹੀਂ ਉਹਨੇ ਮੇਲੇ ਦੀਆਂ ਤਰੀਫਾਂ ਜਿਹੜੀਆਂ ਸਵਾਦ ਉਹ ਸਵਾਦ ਮੇਰੇ ਮਿੱਤਰੋ ਸਾਹਮਣੇ ਇੱਕ ਪੱਟਾ ਬਾਕੀ ਫਿਰ ਗਰਾਊਂਡ ਦੇ ਵਿੱਚ ਇੱਕ ਚੋਟੀ ਦਾ ਮੁਕਾਬਲਾ ਸਾਹਮਣੇ ਜਾਣੇ ਵਾਲੀ ਅੱਗਾਂ ਦੇ ਪਰਮ ਗਲਤੀ ਕਰ ਗਿਆ ਨਾ ਚਾਹੁੰਦਾ ਵੀ ਸਰਮਾਇਆ ਤੇ ਛੱਤ ਫੱਟ ਫੱਟ ਖਾਂਦੀਆਂ ਤੇ ਬੰਦਾ ਜਿੰਦਗੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਸਾਰੀਆਂ ਨੀ ਮਿਲ ਜਾਂਦੀਆਂ ਉਹ ਬੰਦਾ ਜਿੰਦਗੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਸਾਰੀਆਂ ਨੀ ਮਿਲ ਜਾਂਦੀਆਂ ਕਹਿੰਦੇ ਸੱਜਣ ਮੁੰਡਿਆਂ ਦਾ ਸੱਜਣ ਨੇ ਕਹਿੰਦੇ ਕਮਾਲ ਦਾ ਪੁਆਇੰਟ ਇੱਕ ਹੋਰ ਜੋੜ ਦਿੱਤਾ ਔਰ ਕਹਿੰਦੇ ਚਰਚਾ ਹੁੰਦੀ ਹੈ ਮੁੰਡੇ ਦੀ ਵੱਡਿਆਂ ਸਟਾਰਾਂ ਦੇ ਵਿੱਚ ਪਰ ਰਾਏ ਸਰਵਾਲਾ ਉਹ ਕਹਿੰਦੇ ਨੰਬਰ ਜੋੜਨ ਦੇ ਲਈ ਤਿਆਰ ਪਰ ਤਿਆਰ ਆ ਢਾਬਾ ਵਾਲਿਆ ਢਾਬਾ ਵਾਲੇ ਬਾਹਲੇ ਆਏ ਫਿਰਦੇ ਆ ਤੇ ਉਹਨਾਂ ਦੇ ਆਇਆਂ ਦਾ ਮਾਣ ਹੁਣ ਉਹ ਰੱਖਣਾ ਪਊਗਾ ਫੜ ਲਾ ਤਿਆਰੀ ਉਹ ਖੇਡ ਦੇ ਮੈਦਾਨ ਦੇ ਵਿੱਚ ਜੋਰ ਹੁਣ ਜਿਹੜਾ ਲਾਉਣਾ ਪੈਣਾ ਵੀ ਯਾਰੀ ਵਿੱਚ ਨਫੇ ਨੁਕਸਾਨ ਨਹੀਂ ਉਹ ਦੇਖੀ ਦੇ ਤੇ ਮੰਜਰਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ ਯਾਰਾਂ ਦੇ ਗੁਨਾਹਾਂ ਦਾ ਹਿੱਸਾ ਪਿਆਰਿਆਂ ਦਾ ਦਿਲ ਨਹੀਂ ਤੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀਦਾ ਮਾਰ ਤੇ ਹੁਣ ਰੱਖਣਾ ਪਊਗਾ ਸੱਜਣ ਨੇ ਕੋਸ਼ਿਸ਼ ਕੀਤੀ ਹੈ ਪਰ ਅੱਖਾਂ ਨੇ ਬਾਰਿਸ਼ ਕਰਕੇ ਲੱਗ ਗਿਆ ਹੁਣ ਆਪਣੇ ਮੌਸਮ ਖਰਾਬ ਕਰਕੇ ਕਣੀਆਂ ਆ ਗਈਆਂ ਬਹੁਤ ਭਾਈ ਦਿਲਸ਼ਾਦ ਵੀ ਖਿੱਚੀ ਆਉਂਦਾ ਕੰਮ ਕਰ ਦੋ ਸ਼ੇਰ ਵੀਰੇ ਐਨਾ ਤਾਂ ਕਿਸੇ ਦੇ ਤਿਲੀ ਹੈ ਵੀ ਤੇਲ ਦੀ ਤੇ ਐਵੇਂ ਲੱਗੇ ਜੱਟ ਜਿਵੇਂ ਲੱਗੇ ਰੇਲ ਦੀ ਤੇ ਦੇਖੀ ਤੇਰਾ ਪੀਤ ਕੱਲਾ ਹੀ ਨਮੇੜਦਾ ਮਸਲਾ ਜੋ ਨਿਕਦਾ ਤੇ ਪਿੰਡੀਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਮੈਂ ਦੇਖੂ ਕੌਣ ਜਿੱਤਦਾ ਉਹ ਪਿੰਡੀਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਮੈਂ ਦੇਖੂ ਕੌਣ ਜਿੱਤਦਾ ਮੈਂ ਜੋ ਤਗੜਾ ਗੁਰਲਾ ਕਰੀ ਗੱਲ ਦੁਨੀਆ ਵੱਡੀ ਗਿਣਤੀ ਚ ਜੁੜੀ ਬੈਠੀ ਹੈ ਪੱਧਰ ਦੇ ਉੱਤੇ ਜੁੜੀ ਹੋਈ ਹੈ ਉਧਰ ਵੱਡਾ ਧੰਨਵਾਦ ਹੈ ਸਰਦਾਰ ਗੁਰਮੀਤ ਸਿੰਘ ਜੀ ਰੀਡਰ ਸਾਹਿਬ ਖਿਆਲੀ ਵਾਲੇ ਪਿੰਡ ਤੋਂ ਔਰ ਸੱਜਣ ਤੇ ਨਾਲ ਜਸਦ ਲਈ ਜਿਹੜੇ ਇੱਕ ਇੱਕ ਸੌ ਦੇ ਮਾਣ ਭੇਜਦੇ ਹੈ ਸੱਜਣ ਤੇ ਨਾਲ ਮੇਰੇ ਮਿੱਤਰ ਜੋਸਾ ਰਾਏ ਸਰ ਹਰ ਇੱਕ ਨੰਬਰ ਦਾ ਇੱਕ ਇੱਕ ਸੌ ਦਿੱਤਾ ਜਾਣਾ ਨੌਜਵਾਨ ਉਧਰ ਗੱਭਰੂ ਸਰਵਿਸ ਕਰਦੇ ਮਿੱਤਰੋ ਬਹੁਤ ਵੱਡੀ ਹੈ ਯਾਰ ਬੇਲੀ ਲਾਈਵ ਜਿਹੜੇ ਹੋਏ ਆ ਬਾਜਰੇ ਵਾਲਾ ਛੋਟੂ ਹੈ
ਵੱਡਿਆਂ ਡਿਫੈਂਸਰਾਂ ਦੇ ਨਾਂ ਬੋਲਦਾ ਮੰਡੂ ਦਾ ਵੱਡੇ ਵੱਡੇ ਮੇਲੇ ਜਿੱਤੇ ਆਪਣੇ ਦਮ ਤੇ ਜੱਸਾ ਗਲਤੀ ਕਰ ਗਿਆ ਖੇਡ ਦੇ ਮੈਦਾਨ ਚ ਸਫਲਤਾ ਯੂਪੀ ਦੀ ਟੀਮ ਦੇ ਖਾਤੇ ਵਿੱਚ ਹੈ ਨਵੀਂ ਜੀਤ ਬਾਈ ਕਿੰਨੇ ਹੋ ਗਏ ਦੋ ਤੇ ਅੱਠ ਅੱਠ ਦੋ ਤੇ ਅੱਠ ਠੀਕ ਹੈ ਜੀ ਵੱਡੀਆਂ ਦਾ ਮੈਚ ਹੈ ਬਾਈ ਠੀਕ ਹੈ ਜੀ ਦੋ ਤੇ ਅੱਠ ਦਾ ਮੁਕਾਬਲਾ ਡੱਬਰ ਤੀਜਾ ਜੋੜਨ ਦੇ ਲਈ ਮੁੰਡੇ ਤਿਆਰ ਪਰ ਤਿਆਰ ਨੇ ਇਧਰਲੇ ਪਾਸੇ ਗੱਭਰੂ ਦੀ ਖੇਡ ਦੇ ਚੱਕਦਾ ਇਹ ਨਖਰਾ ਵਿੱਚੋਂ ਝੜਕੇ ਸ਼ੈਤਾਨੀ ਮਿੱਤਰੇ ਔਰ ਸ਼ੇਰੂ ਦੀ ਤਾਂ ਦੁਨੀਆ ਸ਼ੇਰੂ ਦੀ ਤੇ ਦੁਨੀਆ ਜਵਾਨੀ ਮਿੱਤਰੋ ਉਧਰ ਮੇਰੇ ਮਿੱਤਰੋ ਖੇੜੀ ਵਾਲਾ ਪੀਤਾ ਵੀ ਲਾਈਵ ਜਿਹੜਾ ਹੋਇਆ ਇੱਧਰ ਤਲਵੰਡੀ ਵਾਲਿਆ ਕਰ ਲੈ ਗੱਲ ਬਾਤ ਉਹਦੇ ਨਾਲ ਤੂੰ ਵੀ ਜ਼ਿੰਦਗੀ ਦਾ ਰੰਗ ਦਾ ਸੱਜਣ ਤੈਨੂੰ ਯਾਦ ਕਰਦਾ ਨੋਜਨ ਬੜਾ ਟਾਪ ਦਾ ਮੈਚ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਆਹ ਟੀਮਾਂ ਪੱਟੀਆਂ ਨੇ ਲਓ ਸਵਾਦ ਮੇਰੇ ਮਿੱਤਰੋ ਅੱਜ ਦੇ ਪੱਟੇ ਕੱਪ ਦਾ ਦੁਨੀਆ ਜੁੜ ਬੈਠੀ ਆ ਮਹਿਰਾਜ ਦਾ ਕੱਪ ਆ ਮੇਰੇ ਮਿੱਤਰੋ ਵੀ ਮਹਿਰਾਜ ਪਿੰਡ ਦੇ ਮੁੰਡੇ ਦੇਖੋ ਦਸਾਂ ਨੂੰ ਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਤੇ ਕਰਦੇ ਗਾ ਟੜਕਾ ਕੇ ਰਾਜੇ ਖੇਲੇ ਸੱਚੇ ਸੱਜਣੇ ਮਿਲਦੇ ਜੱਫੀਆਂ ਪਾ ਕੇ ਹੁਣ ਮਿਲਦੇ ਕਹਿੰਦੇ ਜੱਫੀਆਂ ਪਾ ਕੇ ਖੇੜੀ ਵਾਲਾ ਕਹਿੰਦੇ ਤੀਤਾ ਤੇ ਅਰਸ਼ ਝਲੂਰ ਦਾ ਔਰ ਰਾਹ ਬੰਦ ਕਰ ਦਿੰਦੇ ਟੈਕਲ ਮਸ਼ਹੂਰ ਦਾ ਇਹ ਕਹਿੰਦੇ ਗੱਲਾਂ ਬਾਤਾਂ ਚੱਲੀਆਂ ਨੰਬਰ ਇੱਕ ਹੋਰ ਢਾਬਾ ਵਾਲੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਰਾਈਟ ਆ ਰਾਈਟ ਬਾਲ ਲੈਣ ਤੇ ਲੱਗ ਸਾਰੇ ਭਰਾਵਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਵੱਲੋਂ ਵੱਡੇ ਸਹਿਯੋਗ ਨੇ ਅੱਜ ਦੇ ਇਸ ਵੱਡੇ ਕੱਪ ਦੇ ਲਈ ਫਾਈਨਲ ਮੈਚ ਖੇਡਿਆ ਜਾ ਰਿਹਾ ਆਹ ਟੀਮਾਂ ਪੱਟੀਆਂ ਨੇ ਮੇਰੇ ਮਿੱਤਰ ਰਾਜਸਥਾਨ ਵਾਲਿਆ ਤੈਨੂੰ ਤੂਪ ਕੀ ਨੇ ਕਹਿਣਾ ਚਾਰ ਅੱਠ ਪੁਆਇੰਟ ਆ ਜੀ ਚਾਰ ਅੱਠ ਵਰੇ ਉਹਨੂੰ ਵੀ ਦੁਨੀਆਂ ਖੌਫ ਕਹਿੰਦੀ ਹੈ ਤੇ ਖੌਫ ਦਾ ਦੂਜਾ ਨਾਮ ਕਹਿੰਦੀ ਹੈ ਦੁਨੀਆ ਇਧਰ ਮੇਰੇ ਮਿੱਤਰੋ ਕਰੀ ਚਲੋ ਸ਼ੇਅਰ ਕਰੀ ਚਲੋ ਸਾਰੇ ਭਰਾ ਇੱਕ ਦੋ ਦੋ ਸ਼ੇਅਰ ਵੱਡੇ ਵੱਡੇ ਆ ਤੂਪ ਦੇ ਤਕੜਾ ਮੈਚ ਆ ਗਰਾਊਂਡ ਦੇ ਵਿੱਚ ਇਹ ਤੂਪ ਅੱਜ ਗੋਲਾ ਤਾਂ ਕੇ ਨਾ ਤੇ ਸਵਾਦ ਫੇਰ ਆਵੇ ਨਾ ਹਨ ਆਹ ਲੋਕਾਂ ਨੇ ਗੱਲਾਂ ਕਰਨੀਆਂ ਵੀ ਤੂਪ ਤੇ ਬਾਕੀ ਫਿੱਟ ਆ ਆਹ ਸਹੀ ਆ ਵੀਰੇ ਸਵਾਦ ਦਵਿੰਦਰ ਸਿੱਧੂ ਵਾਹੇ ਨਾ ਹਨ ਆ ਵੀ ਕਹਿੰਦੇ ਪਤਲੇ ਜੇ ਸਰੀਰ ਦਾ ਕਰਦਾ ਮੁਕਾਬਲਾ ਹੋ ਕਮਾਨੋ ਸ਼ਾਦੇ ਵੀਰ ਦਾ ਲੈ ਵੀ 8 ਤੇ 4 ਆ ਜੀਤ ਬਾਈ 8 4 ਚੇਂਜ ਆ ਜੀ 8 4 ਚੇਂਜ 8 ਤੇ 4 8 ਨੰਬਰ ਆ ਜਿਹੜੇ ਬੈਂਡੀ ਸ਼ਰਮਾ ਕਲਬ ਜਾਣੇ ਆਉਂਦੀ ਟੀਮ ਦੇ ਔਰ 4 ਨੰਬਰ ਜਿਹੜੇ ਇਧਰਲੇ ਪਾਸੇ ਯੂਪੀ ਦੇ ਬਾਹਰ ਦੀ ਟੀਮ ਦੇ ਆ ਵੀ ਪੰਜਾਬ ਤੇ ਯੂਪੀ ਦਾ ਮੈਚ ਮਿੱਤਰੋ ਵੀ ਫਸ ਗਈਆਂ ਟੁੰਡੀਆਂ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਤੇ ਬਾਰ ਬਾਰ ਸ਼ੱਕ ਸਹੀ ਆ ਸਹੀ ਆ ਸਾਜਨ ਬਹੁਤ ਨੰਬਰ ਜੋੜੀ ਖੜਾ ਕੇ ਤੇ ਕੋਈ ਸ਼ੱਕ ਨਹੀਂ ਵੀਰੇ ਪਤਾ ਜਾਣਾ ਲੱਗ ਪਈ ਆ ਉਹ ਕੌਲ ਕਿੰਨੇ ਪਾਣੀ ਦੇ ਵਿੱਚ ਪਤਾ ਜਾਣਾ ਲੱਗ ਪਈ ਭਾਈ ਦਿਲਪ੍ਰੀਤ ਦੇ ਗਿੱਲ ਕੈਨੇਡਾ ਦੇ ਵੱਲੋਂ ਕੈਮਰੇ ਸਾਹਮਣੇ ਟੀਮ ਮਹਿੰਦੀ ਸ਼ਰਮਾ ਕਲਬ ਚੇੜਿਆ ਹੋਰੇ ਕਦੇ ਫੈਸਲੇ ਹੋ ਜਾਣਗੇ ਕੱਲੇ ਕੱਲੇ ਪੁਆਇੰਟ ਨੂੰ ਕਾਊਂਟ ਕੀਤਾ ਜਾ ਰਿਹਾ ਹੈ ਕੱਲੀ ਕੱਲੀ ਗਲਤੀ ਨੋਟਿਸ ਕੀਤੀ ਜਾ ਰਹੀ ਹੈ ਜੱਸਾ ਤੇ ਸਚਿਨ ਲਓ 8 ਤੇ 4 ਅੱਧੋ ਓਕੇ ਓਕੇ ਦਵਿੰਦਰ ਭਾਈ ਫਾਈਨਲ ਆ ਫਾਈਨਲ ਬਿਲਕੁਲ ਜੀ ਪਾਪਾ ਬੈਠਾ ਵੀਰ ਚੇਅਰ ਤੇ ਹੋਣਾ ਯਾਰੋ ਕਦੇ ਟੋਟੀ ਪਾਟੀ ਖੇਡਦਾ ਧੰਨਵਾਦ ਜੀ ਚੀਮਾ ਜੀ ਧੰਨਵਾਦ ਫੋਟ ਪਈ ਹੈ ਤੇ ਫਿਰਦਾ ਸੀ ਮੇਲਿਆਂ ਤੇ ਕਦੇ ਮਿਲਦਾ ਹੋਣਾ ਨਹੀਂ ਜਵਾਨੀ ਵੇਲੇ ਤਾਪ ਚੜਿਆ ਅੱਜ ਜਿਹਦੇ ਬੋਝੇ ਤੇ ਦਵਾਈਆਂ ਰਹਿੰਦੀਆਂ ਓਕੇ ਓਕੇ ਜੀ ਕਰਮੀ ਸਾਹਿਬ ਜੀ ਨਾਲੇ ਬੰਦੇ ਨੇ ਸਾਡਾ ਨਹੀਂ ਉਹ ਬੰਦਿਆ
ਝੜਾਜਾਂ ਰਹਿੰਦੀਆਂ, ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਤੇ ਸਦਾ ਨੀ ਉਹ ਬੰਦਿਆਂ ਝੜਾਜਾਂ ਰਹਿੰਦੀਆਂ। ਗੱਲ ਕਦੇ ਟੈਮ ਟੈਮ ਦੀ ਹੁੰਦੀ ਆ, ਲਓ ਅੱਠ ਦੋ ਜੇ ਨੌ ਕਰ ਗਏ ਨਾ, ਇੱਕ ਅੱਧਾ ਤੇ ਉਹ ਧੱਕੇ ਨਾਲ ਹੀ ਜੋੜ ਦੂਗਾ। ਹੱਲ ਕਰਨਾ ਪੈਣਾ ਤੇ ਨਹੀਂ ਉਹਨੇ ਤੁਹਾਡਾ ਕੋਈ ਨਾ ਕੋਈ ਹੱਲ ਕਰ ਦੇਣਾ। ਢਾਬਾ ਵਾਲਿਆ ਤਿਆਰੀ ਫੜ ਲਾ, ਉਹ ਖੇਡ ਦੇ ਮੈਦਾਨ ਚ ਫਰਕ ਮੈਨੂੰ ਵੱਡਾ ਪੈਂਦਾ ਜਾ ਆਪਣਾ ਸੋਹਣਿਆਂ ਦੀਗਾ। ਕਮਾਲ ਜਿਹੜੀ ਕੋਈ ਨਾ ਕੋਈ ਕਰਕੇ ਉਹ ਸਾਹਮਣੇ ਮੇਰੇ ਵਿੱਚੋਂ ਕਮਾਲ ਤੇ ਕਰਨੀ ਪੈਣੀ ਹੈ। ਖੁੱਲੇ ਜੇ ਮੈਦਾਨ ਵਿੱਚ ਖਿੱਚਦੀ ਲਕੀਰ, ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ, ਅੱਜ ਪਤਾ ਲੱਗ ਜਾਣਾ ਵੀ ਸਰੀਰ ਕਿਹਦਾ ਤਕੜਾ। ਆਪਣੇ ਸਰੀਰ ਵਾਂਗੂ ਖਾਣੇ ਉਹ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਖਾਧੀ ਹੋਈ ਖੁਰਾਕ ਹੈ ਉਹ ਕੀਤੀ ਹੋਈ। ਸਹੀ ਵਾਲਾ ਯਾਰ, ਸਹੀ ਵਾਲਾ ਅੰਦਰ ਦੀ ਵਾਲ ਗਈ ਆ, ਗਲਤ ਆ ਬਾਹਰ ਸਹੀ ਆ ਯਾਰ, ਅੰਦਰ ਦੀ ਵਾਲ ਗਈ ਆ, ਕਿੱਥੇ ਬਾਹਰ ਗਈ ਆ ਯਾਰ ਆਪਾਂ ਨੈਟ ਦਾ ਉੱਤੇ ਯਾਰ, ਕਮਾਲ ਆ ਜਾਂ ਮੈਂ ਕੋਲ ਕਰੋ ਯਾਰ, ਨਹੀਂ ਨਹੀਂ ਕੋਲ ਤੇ ਬੈਠ ਦੀ ਸਹੀ ਗਈ ਆ ਬਾਲ ਬਈ, ਸਹੀ ਗਈ ਆ, ਸਹੀ ਸਹੀ ਯਾਰ ਡਾਲ ਤਾਂ ਗਈ ਹੈਲੋ ਭਾਈ ਜੀ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਵੀਰੇ, ਜੀਤ ਬਾਈ ਜੀਤ ਜੀਤ ਵੀਰੇ ਗੱਲ ਤੇ ਸੁਣੋ ਮੇਰੀ, ਪ੍ਰਬੰਧਕੀ ਕਮੇਟੀ ਆ ਦੇਖੋ ਯਾਰ ਪਾਲ ਸੁਣੀ ਬੈਠੇ ਆ ਵੀਰ, ਇਹਨਾਂ ਨੂੰ ਪੁੱਛ ਲਓ ਮੁੰਡੇ ਜਮਾਂ ਸਿੱਧੇ ਬੈਠੇ ਇੱਥੇ ਸੁਖਵਿੰਦਰ ਸਰਾਂ ਜਸਕਰਨ ਕਲਾਲਾ ਵੀਰੇ, ਹੋ ਜਾਣਾ ਫੈਸਲਾ ਜਿਵੇਂ ਵੀ ਹੋਇਆ ਬਾਈ, ਹੋ ਜਾਣਾ ਫੈਸਲੇ ਬਾਈ, ਕੋਚ ਬਾਰੇ ਕਹਿਨੂੰ ਹਰ ਗਿਆ ਸੀ ਯਾਰ, ਸਿਵਰੇ ਬਾਰੇ ਕਹਿਨੂੰ ਹਰ ਗਿਆ ਸੀ ਕੋਚ ਜੀ। ਗੁੱਡ ਮਾਰਨਿੰਗ ਜੀ, ਦੀਪ ਢਿੱਲੋਂ ਗਰਾਹਾਂ ਜੀ, ਗੁੱਡ ਮਾਰਨਿੰਗ ਜੀ। ਇਹਦਾ ਯੂਟਿਊਬ ਤੇ ਚੱਲਦਾ, ਪਿੱਛੇ ਮੁੜ ਜੂ, ਇਹਦਾ ਯੂਟਿਊਬ ਤੇ ਚੱਲੀਆਂ ਤਾਂ ਉਹੀ ਪਿੱਛੇ ਮੁੜ ਜੂ, ਕੱਟਣ ਦੀ ਵੀ ਨਹੀਂ ਲੋੜ, ਬੈਕ ਹੀ ਹੋ ਜਾਣਾ ਯੂਟਿਊਬ ਦਾ, ਦੇਖ ਮਾੜਾ ਯੂਟਿਊਬ ਤੇ ਸਰਪੰਚ ਟੂਡੇ ਸਪੋਰਟਸ ਭਰ ਕੇ ਨਾ ਯੂਟਿਊਬ ਤੇ ਬੈਕ ਹੋ ਜਾਣਾ ਉਹਦਾ ਲਾਈਵ। ਬਾਕੀ ਅਸੀਂ ਤੁਹਾਨੂੰ ਕਹਿ ਦਈਏ ਐਵੇਂ ਗਲਤ ਨਹੀਂ ਕਹਿੰਦੇ ਤੁਸੀਂ, ਜੇ ਜਿਵੇਂ ਠੀਕ ਲਾ ਦੋ ਦੇਖਦੇ ਜੀ, ਲਾਈਵ ਚੈੱਕ ਕਰਦੇ ਜੀ, ਲਾਈਵ ਚੈੱਕ ਕਰਦੇ, ਵੇਟ ਕਰਿਓ ਵੀਰੇ ਥੋੜਾ ਜਿਹਾ, ਪੈਂਡਿੰਗ ਆ ਪੁਆਇੰਟ ਜੀ ਇਹ, ਵੇਟ ਲਾਈਵ ਤੇ ਵੇਖ ਲਓ ਜਿਵੇਂ। ਹਾਂਜੀ ਹਾਂ ਚੱਲਦਾ ਸਰਪੰਚ, ਹਾਂ ਸਰਪੰਚ ਟੂਡੇ ਸਪੋਰਟਸ ਗਰਲਾਲ ਸਰਚ ਕਰੀਆਂ ਦਾ ਕਹਿੰਦਾ ਸਰਪੰਚ ਟੋਇਟਾ ਇੱਧਰ ਲਾ, ਇੱਧਰ ਲਾ ਯੂਟਿਊਬ ਤੇ ਬੈਕ ਮੁੜਿਓ ਬਿਨਾਂ ਕੱਟੇ। ਹੌਲੀ ਕਰ ਮਾੜਾ ਪੰਜ ਚਾਰ ਮਿੰਟਾਂ।
ਵੀ ਕਰ ਲਾ ਇਹ ਨੰਬਰ ਤਾਂ ਨਹੀਂ ਲੱਗ ਰਿਹਾ ਕਿਸੇ ਦਾ ਹੈ ਨਾ ਨਹੀਂ ਹੁਣ ਵੀ ਨਹੀਂ ਲੱਗ ਰਿਹਾ ਦੂਜੇ ਲੋਕ ਨਹੀਂ ਲੱਗ ਰਿਹਾ ਤੁਸੀਂ ਦੇਖ ਲਓ ਚੈੱਕ ਕਰ ਲਓ ਕੋਈ ਆਉਂਦੇ ਆ ਫੈਸਲੇ ਵੇਰੇ ਵੇਟ ਕਰੋ ਵੇਟ ਜੀ ਉਧਰੋਂ ਤਾਂ ਬਾਹਰ ਦਿੰਦੀ ਹੈ ਯਾਰ ਇੱਧਰੋਂ ਕਿਵੇਂ ਕਰਦੀ ਹੈ ਉਧਰੋਂ ਕਿਵੇਂ ਦਿੰਦੀ ਹੈ ਬਾਹਰ ਦੀ ਹਾਂ ਕਰੀ ਜਾਂਦੇ ਉਧਰ ਦੀ ਸਾਫ ਸਫਾਈ ਕੀ ਕਹਿੰਦੇ ਬਾਹਰ ਦੀ ਉਧਰ ਕੋਈ ਨੀ ਕੋਈ ਨੀ ਤੁਸੀਂ ਦੱਸ ਦੋ ਅੰਦਰ ਨੂੰ ਬਾਲਾ ਤਾਂ ਕਹੀ ਨੀ ਯੂਟਿਊਬ ਖੋਲਿਆ ਯੂਟਿਊਬ ਤੇ ਚੱਲਦਾ ਸਰਪੰਚ ਦਾ ਉਦੋਂ ਬੈਕ ਮੁੜ ਜਾਂਦਾ ਨਾ ਬਿਨਾਂ ਕੱਟੇ ਹਾਂਜੀ ਹਾਂਜੀ ਇਸ ਕਰ ਸਿੱਧੀ ਜੀ ਚੱਲੀ ਜਾਂਦੇ ਫੈਸਲੇ ਵੀਰੇ ਦੋਨਾਂ ਪਾਸੋਂ ਲਾਈਵ ਕੱਟ ਲਿਆ ਜੀ ਜਿਵੇਂ ਵੀ ਹੋਊਗਾ ਗਲਤ ਹੋਵੇ ਕੋਈ ਗੱਲ ਨੀ ਓਕੇ ਓਕੇ ਗੱਲ ਪ੍ਰਧਾਨ ਜੀ ਜਿਵੇਂ ਵੀ ਉਹ ਫੈਸਲਾ ਵੀਰੇ ਹੋ ਜਾਣਾ ਜੀ ਵਿੱਚ ਕਮੈਂਟਾਂ ਵਾਲਾ ਗਲਤ ਹੋ ਜਾਂਦਾ ਵਿੱਚ ਭਰਾ ਕਹਿੰਦੇ ਨੇ ਤਿੰਨ ਚਾਰ ਵਾਰ ਦੇਖ ਲਿਆ ਬਾਹਰ ਦੀ ਆ ਉੱਪਰ ਕਮੈਂਟ ਆ ਗਏ ਬਹੁਤ ਵੀ ਅੰਦਰ ਦੀ ਆ ਵਾਲ ਕਮੈਂਟਾਂ ਦੇ ਆਧਾਰ ਤੇ ਕਰਨਾ ਜਿਹੜਾ ਨਾ ਜਦੋਂ ਸਾਂਝੇ ਕਮੈਂਟ ਆ ਜਾਣਾ ਔਖਾ ਹੋ ਜਾਂਦਾ ਬਾਈ ਬਾਕੀ ਲੱਗ ਜਾਣਾ ਪਤਾ ਵੀਰੇ ਜਿਵੇਂ ਵੀ ਕਮੇਟੀ ਨੇ ਫੈਸਲਾ ਕਰਿਆ ਉਵੇਂ ਹੋ ਜਾਣਾ ਜੀ ਨਹੀਂ ਪਤਾ ਲੱਗ ਰਿਹਾ ਤਾਂ ਕੋਮਨ ਕਰਨਾ ਚਾਹੀਦਾ ਓਕੇ ਓਕੇ ਜੌਨੀ ਭੰਦੇਰ ਜੀ ਦਿਨੇਸ਼ ਸਾਰਨ ਜੀ ਉਹ ਲੱਗ ਜਾਣਾ ਵੀਰੇ ਦੇਖੀ ਜਾਂਦੇ ਆ ਦੋਨਾਂ ਪਾਸਿਓ ਕੈਮਰੇ ਕਮੇਟੀ ਵਾਲੇ ਮੁੰਡੇ ਵੀ ਜਿਵੇਂ ਵੀ ਹੋਊਗਾ ਫੈਸਲਾ ਤੁਹਾਡੇ ਸਾਹਮਣੇ ਆ ਜਾਣਾ ਬਾਈ ਕਿਉਂਕਿ ਜੇ ਅਸੀਂ ਕਹਾਂਗੇ ਫਿਰ ਗੱਲ ਥੋੜੀ ਦੂਰ ਜਾਂਦੀ ਆ ਉਹ ਗੱਲ ਦੀ ਹਨਾ ਅਸੀਂ ਸਾਂਝੇ ਬੰਦੇ ਸਾਰਿਆਂ ਦੇ ਸਰਪੰਚ ਦਾ ਯੂਟਿਊਬ ਤੇ ਚੱਲਦਾ ਬੈਕ ਮੋੜ ਕੇ ਦੇਖਿਆ ਕੱਟਿਆ ਕੋਈ ਵੀ ਨੀ ਦੇਖੀ ਛੋਟਾ ਬੀਮ ਜਿਹਾ ਟਿਕ ਜਾ ਤੂੰ ਚੱਲੀ ਜਾਂਦਾ ਵੀਰੇ ਜਿਵੇਂ ਵੀ ਉਹ ਫੈਸਲਾ ਸਾਹਮਣੇ ਸਾਰੇ ਦਰਸ਼ਕਾਂ ਵੀਰਾਂ ਦੇ ਆ ਜਾਣਾ ਸਤਿਕਾਰ ਯੋਗਾਂ ਦੇ ਜੀ ਮੈਂ ਤਾਂ ਉਹ ਸਿੰਗਲ ਤੇ ਖੜਾ ਸੀਗਾ ਬਿਲਕੁਲ ਪੋਲ ਦੇ ਉੱਤੇ ਸਾਹਮੋ ਸਾਹਮਣੇ ਬਹੁਤ ਬੋਲ ਆਉਟ ਸੀ ਸਕੋਰ ਮੇਰੇ ਹਿਸਾਬ ਨਾਲ ਕਿੰਨੇ ਬਣਦੇ ਅੱਠ ਚਾਰ ਹੀ ਬਣਦੇ ਚਾਰ ਅੱਠ ਚਾਰ ਅੱਠ ਜਾਂ ਅੱਠ ਚਾਰ ਇੱਥੇ ਜੇ ਬਣਦੇ ਆ ਸਕੋਰ ਬਾਈ ਉਹ ਤਾਂ ਇਹ ਤਾਂ ਦੇ ਦੇ
ਕੀ ਲੱਗਦਾ ਬਾਹਰ ਦੀ ਹੋਊਗੀ ਤਾਂ ਦੇਖੀ ਕੌਣ ਰਿਪੋਰਟ ਤਾਂ ਦੇਖੀ ਕੌਣ ਦੰਦ ਬਹੁਤ ਵਾਰੀ ਅਰੇ ਮੈਂ ਹੀ ਸੀ ਮੈਂ ਕਿਹਾ ਠਾ ਲੱਗ ਗਿਆ ਉਹ ਮੈਂ ਘਟਾ ਪਰ ਨਹੀਂ ਸੀ ਨਾ ਤੂੰ ਪੁੱਲ ਗਿਆ ਕਰਨਾ ਉਸੇ ਮੈਂ ਅੱਠਾ ਖੜੇ ਹੋ ਵੀ ਨਹੀਂ ਸੀਗਾ ਤਾਂ ਫੇਰ ਬਾਈ ਬਾਤ ਹੈ ਇੰਨੂੰ ਮੈਂ ਨਹੀਂ ਲੱਗ ਗਿਆ ਅੱਠਾ ਖੜੇ ਹੋ ਤੀਜਾ ਇਹ ਮੇਰੀ ਅੱਠਾ ਖੜੇ ਹੋ ਉੱਪਰਲੀ ਸਾਈਡ ਤੋਂ ਅੱਠਾ ਖੜੇ ਕਰੋ ਫੈਸਲਾ ਛੇਤੀ ਕਿ ਮੈਂ ਤਾਂ ਮੈਚ ਆਪਾਂ ਖਿਆ ਜੀ ਨੈਣ ਬੱਸੀ ਜੀ ਵਰਿੰਦਰ ਬਾਈ ਕੋ ਗੁੱਡ ਮਾਰਨਿੰਗ ਲੋਕ ਐਵੇਂ ਕੋਈ ਵੇਖਣ ਵਾਲਾ ਮੇਰੇ ਵਰਗਾ ਹੋਊਗਾ ਉਹ ਗਾਣਾ ਹੋਰ ਕਰੂਗਾ ਜੀ ਵਰਿੰਦਰ ਬਾਈ ਚਲਾ ਦੂ ਇੱਧਰ ਬੁਲਾਈ ਕੋ ਗੁੱਡ ਮਾਰਨਿੰਗ ਠੀਕ ਹੈ ਠੀਕ ਹੈ ਬਿਲਕੁਲ ਨੈਣ ਬਾਈ ਤੁਹਾਨੂੰ ਕਹਿੰਦਾ ਗੁੱਡ ਮਾਰਨਿੰਗ ਕਰੋ ਫੈਸਲਾ ਕੀ ਆ ਗੋਲਡੀ ਠੰਡਾ ਨਾ ਪਾਓ ਕੰਮ ਇੱਕ ਡਿਸੀਜਨ ਦੇ ਕੇ ਛੱਡ ਦੋ ਖੇਡ ਟੀਮ ਨਾ ਬਣਾਈ ਕੋਈ ਜਿਹੜਾ ਹਾਂ ਠੀਕ ਹੈ ਆਊਟ ਦਿਓ ਰਿੰਨ ਪਹਿਲੀ ਗੱਲ ਕੋਮਨ ਨਹੀਂ ਕਰ ਕੋਮਨ ਤੇ ਸੈੱਟ ਕਰ ਦੋ ਕੀ ਹੋ ਗਿਆ ਬੁੱਧ ਬਾਈ ਚੱਲੀ ਜਾਂਦਾ ਹੱਲ ਹੋ ਜਾਣਾ ਵੀਰੇ ਜਲਦ ਹੋ ਜਾਣਾ ਗੱਲ ਪ੍ਰਧਾਨ ਜੀ ਹੱਲ ਹੋ ਜਾਣਾ ਬਾਈ ਬਾਈ ਕੱਲ੍ਹ ਹੈਪੀ ਚਹਿਲ ਵੀ ਪੂਰੀ ਅੱਗ ਕੱਢ ਰਿਹਾ ਬ੍ਰੈਂਪਟਨ ਦੇ ਗਰਾਊਂਡ ਨਾਲ ਠੀਕ ਆ ਜਿਸ ਕਾਰਨ ਹੈਪੀ ਦਾ ਫਿੱਟ ਆ ਪੂਰਾ ਗੋਤੀ ਮੇਰਾ ਨਾ ਉਹ ਚਹਿਲ ਆ ਫਿਰ ਕੀ ਫੈਸਲਾ ਹੋ ਗਿਆ ਜੀ ਜੀ ਇੱਕ ਰੈਫਰੀ ਉੱਧਰ ਕਰ ਦੋ ਇੱਕ ਉੱਧਰ ਕਰ ਦੋ ਬਾਹਰ ਦੀ ਹੋ ਗਿਆ ਡਿਸੀਜਨ ਕਿਵੇਂ ਹੁਣ ਚੇਂਜ ਆ ਇਹ ਬਾਲ ਚਾਰ ਅੱਠ ਤੋਂ ਫੇਰ ਚੱਲ ਪਿਆ ਕੰਮ ਚਾਰ ਅੱਠ ਚੈਣੇਵਾਲ ਹਾਂ ਰੈਫਰੀ ਇੱਕ ਇੱਧਰ ਲਾ ਦੇ ਚਾਹੇ ਉੱਧਰ ਲਾ ਦੇ ਓਕੇ ਜੀ ਓਕੇ ਬਾਈ ਜੀ ਤਕਰੀਬਨ ਸਾਰਿਆਂ ਨੂੰ ਸੁਣੀ ਗਿਆ ਹੁਣ ਔਰ ਰੈਫਰੀ ਦਾ ਫੈਸਲਾ ਜਿਹੜਾ ਉਹ ਅੰਤਮ ਹੈ ਔਰ ਮੈਚ ਆਪਾਂ ਸ਼ੁਰੂ ਕਰ ਦਈਏ ਜੀ ਭਰਾ ਬਣ ਕੇ ਜਾਓ ਸਾਹਮਣੇ ਇੱਕ ਟੌਪ ਦੇ ਮੈਚ ਦੀ ਜਿਹੜੀ ਉਹ ਮੇਰੇ ਮਿੱਤਰੋ ਸ਼ੁਰੂਆਤ ਹੋਈ ਹੈ ਚਾਰ ਤੇ ਅੱਠ ਦੀ ਟੱਕਰ ਜਿਹੜੀ ਉਹ ਗਰਾਊਂਡ ਦੇ ਅੰਦਰ ਹੈ ਇੱਧਰ ਚਾਰ ਤੋਂ ਪੰਜ ਹੋ ਗਏ ਚਾਰ ਯੂਪੀ ਮੁੰਡੇ ਮੇਰੇ ਮਿੱਤਰੋ ਓਏ ਮਾਜਰੇ ਵਾਲਾ ਪੰਜਵਾਂ ਜੋੜ ਗਿਆ ਵੀਰੇ ਪੰਜ ਅੱਠ ਹੋ ਗਏ ਜੀ ਚਾਰ ਤੋਂ ਪੰਜ ਆਓ ਗੱਭਰੂ ਨੇ ਕਰ ਦਿੱਤੇ ਆਓ ਸਾਹਮਣੇ ਮਾਜਰੇ ਵਾਲਾ ਕਹਿੰਦੇ ਛੋਟੂ ਨੰਬਰ ਪੰਜਵਾਂ ਜੋੜ ਗਿਆ ਆਪਣੇ ਮਾਰਨਿੰਗ ਦੀ ਅਮਰ ਜੀ ਗੁੱਡ ਮਾਰਨਿੰਗ ਦਾ ਫੁੱਟ ਡੁੱਲਿਆ ਤੇ ਮੱਟਕੀ ਭੱਜੀ ਹਨੇਰੇ ਦੀ ਹੈ ਸ਼ਟਰ ਰਾਤ ਦੀਆਂ ਹਕੀਕਤਾਂ ਤੋਂ ਗੱਲ ਕਰ ਤਿਆਰੀ ਫੜਨੀ ਪਊਗੀ ਆਹ ਪਰਮਿਆਂ ਘੇਰ ਕੇ ਆਉਂਦੀ ਜਾਂਦੀ ਬਾਲ ਪਤਾ ਲੱਗ ਜੇ ਲੋਕਾਂ ਨੂੰ ਵੀ ਆਹ ਮੁੰਡੇ ਦਾ ਮਾਨ ਸਨਮਾਨ ਗੱਡੀ ਨਾਲ ਕੀਤਾ ਨੰਡੀ ਸ਼ਰਮਾ ਨੇ ਆਹ ਕਹਿੰਦੇ ਮੁਕਾਬਲਾ ਚੋਟੀ ਦਾ ਪੰਜ ਤੇ ਅੱਠ ਨੰਬਰ ਛੇਵਾਂ ਕੌਣ ਜੋੜਦਾ ਆਪਣੀ ਟੀਮ ਦੇ ਲਈ ਇਹਦੇ ਕਹਿੰਦੇ ਟੈਮ ਦੀ ਗੱਲਬਾਤ ਹੋਵੇਗੀ ਵੀ ਫਿਰ ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਕੀੜੇ ਬਾਬੇ ਨੇ ਕਰਾਬੀ ਆਪਦੇ ਭੁੱਖਾ ਲੱਗੇ ਹਰ ਕੋਈ ਇੰਨੇ ਸਮਾਨੀ ਹੱਥ ਲੱਗਣੇ ਨੀ ਚਾਹੀਦੇ ਕਦੇ ਛੱਡਣੇ ਨੀ ਚਾਹੀਦੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਬਈ ਪੈਰ ਤੇ ਓਏ ਬਾਬਾ ਸੱਟ ਲਿਆ ਬਾਬਾ ਸੱਟ ਲਿਆ ਫੇਰ 6-8 ਹੋ ਗਏ ਗੁਰਲਾਲ ਕਰ ਗੱਲ ਮੁਕਾਬਲਾ ਸੋਨੂ ਨੇ ਬਾਬਾ ਸੱਟ ਲਿਆ ਵੀਰੇ ਗੁੱਡ ਮਾਰਨਿੰਗ ਜੀ ਸਿਮਰਜੀਤ ਪ੍ਰਾਣ ਜੀ ਜਿਹੜੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਹੈ
ਫਰਕ ਜਿਹੜਾ 2 ਪੁਆਇੰਟਾਂ ਦਾ ਨਜ਼ਰਨਾ ਤੇ ਫਰਕ ਮੈਨੂੰ ਸਕਦਾ ਫਿਰ ਗਰਾਊਂਡ ਦੇ ਅੰਦਰ ਬੜੀਆਂ ਟੀਮਾਂ ਮੇਰੇ ਮਿੱਤਰ ਪੁੱਜੀਆਂ ਆਪਣੇ ਕੋਲ ਤੇ ਆ 2 ਟੀਮਾਂ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤੀਆਂ ਉਹ ਗੱਲਾਂ ਬਾਤਾਂ ਮੇਰੇ ਮਿੱਤਰ ਸੱਤ ਸਮੁੰਦਰੋਂ ਪਾਰ ਹੋਣ ਗਈਆਂ ਜਿਹੜਾ ਖਿਡਾਰੀ ਨੇ ਮੋਟਰਸਾਈਕਲ ਦਿੱਤੇ ਆ ਤੇ ਸ਼ੇਅਰ ਜ਼ਰੂਰ ਕਰ ਦੋ ਵੀਰੇ ਜੇ ਹੁਣ ਨਾ ਕਿਸੇ ਨੂੰ ਮਿਲਿਆ ਨਾ ਲਾਈਵ ਤਾਂ ਉੱਠ ਕੇ ਮਿਲ ਜਾਣਾ ਜਿੰਨਾ ਸ਼ੇਅਰ ਕੀਤੇ ਹੋਣਗੇ ਵੀਰੇ ਧੰਨਵਾਦ ਤੁਹਾਡਾ ਇਹ ਪੋਸਟਾਂ ਅੱਗੇ ਵੀ ਬਹੁਤ ਸਪੋਰਟ ਕਰ ਦਿਓ ਅੱਜ ਫੇਰ ਸਪੋਰਟ ਕਰੋ ਸ਼ੇਅਰ ਕਰੋ ਬਾਈ ਇਧਰ 6 ਆ ਉਧਰ 8 ਆ 7ਵਾਂ ਬਾਜਰੇ ਵਾਲਾ ਛੋਟੂ ਜੋੜਨ ਦੀ ਕੋਸ਼ਿਸ਼ ਤੇ ਕਰ ਰਿਹਾ ਢਾਬਾ ਵਾਲਾ ਆਹ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਵੀ ਜੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਪਈ ਹੈ ਵਾਕਈ ਕਹਿੰਦੇ ਟੱਕਰ ਸਾਨਾ ਵੀ ਆ ਸਿੰਪਲ ਲਾਈਨਰ ਦਿੱਤਾ ਤੇ ਸਾਰੇ ਗਰਾਊਂਡ ਦੀ ਨੰਬਰਦਾਰੀ ਚੱਲਾ ਹੀ ਸਾਹਮਣੇ ਫਿਰਦਾ ਮੇਰੇ ਮਿੱਤਰੋ ਛੇਦੋ ਸੱਤ ਲਿਖਾਂਗੇ ਕੌਣ ਕਰਦਾ ਆਪਣੀ ਟੀਮ ਦੇ ਲਈ ਵੀ ਕੌਣ ਕੌਣ ਦਿੰਦਾ ਸਾਡੇ ਬੱਲੇ ਬਾਜਰਾ 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 ਦੇਖੀ ਦਵਾਈ ਕੀਰੇ ਕਰਨੇ ਆ ਪਿੱਠ ਪਿੱਛੇ ਵਾਰ ਆਹ ਮਿੱਤਰਾਂ ਨੂੰ ਸਭ ਖਬਰਾਂ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ ਭਾਈ ਮਿੱਤਰਾਂ ਨੂੰ ਸਭ ਖਬਰਾਂ ਅੱਜ ਦੇ ਕਹਿੰਦੇ ਯਾਰਾਂ ਦੇ ਯਾਰ ਪੁੱਜੇ ਹੋਏ ਆ ਢਾਬਾ ਵਾਲਾ ਵੀ ਉਹ ਕਹਿੰਦੇ ਪੱਟੀ ਗੇੜੀ ਚ ਪੁੱਜੇ ਆ ਤੇ ਕਹਿੰਦੇ ਦੂਜੇ ਪਾਸੇ ਚੈਣੇ ਵਾਲੀਆਂ ਦੀ ਟੀਮ ਦੀ ਸਪੋਰਟ ਵੀ ਕਹਿੰਦੇ ਪੱਟੀ ਗੇੜੀ ਚ ਕਰਦੇ ਵੀਰ ਲਓ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ 6-8 ਦੀ ਟੱਕਰ ਹੈ ਦੇਖਾਂਗੇ 7ਵਾਂ ਕੌਣ ਜੜੂਗਾ ਗਰਲ ਕਰ ਗੱਲ ਸੰਗਤ ਵੱਡੀ ਗੇੜੀ ਦੀ ਜ਼ਰੂਰੀ ਹੋਈ ਹੈ ਲਓ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ ਜਿਹੜੇ ਵੀਰ ਅੱਜ ਦੇ ਵੱਡੇ ਕੱਪ ਦੇ ਨਾਲ ਜੁੜੇ ਹੋਏ ਹੈ ਸਾਰੇ ਵੀਰਾਂ ਦਾ ਦਿਲ ਦੀ ਗਹਿਰਾਈਆਂ ਦੇ ਵਿੱਚੋਂ ਬਹੁਤ ਵੱਡਾ ਧੰਨਵਾਦ ਹੈ ਮੇਰੇ ਮਿੱਤਰੋ ਔਰ ਨੰਬਰ ਇੱਧਰ ਮੈਨੂੰ ਲੱਗਦਾ ਵੀ 7ਵੇਂ ਕਿਹੜੇ ਖਿਡਾਰੀ ਨੇ ਜੋੜਨਾ ਨੌਜਵਾਨਾਂ ਸਾਡੀ ਕਿਹੜੀਆਂ ਬੇਨਤੀ ਦੇ ਵਿੱਚ ਇਸ ਵੱਡੇ ਟੂਰਨਾਮੈਂਟ ਦੇ ਉੱਤੇ ਟੀਮਾਂ ਨੇ ਭਾਗ ਲਿਆ ਔਰ ਸਾਰੀਆਂ ਟੀਮਾਂ ਨੂੰ ਹਰਾ ਕੇ ਮੇਰੇ ਮਿੱਤਰੋ ਆਹ ਟੀਮਾਂ ਜਿਹੜੀਆਂ ਮੈਂ ਵੇਖਦਾ ਵੀ ਫਾਈਨਲ ਖੇਡ ਰਹੀਆਂ ਨੇ ਜਿੱਥੇ ਜਿੱਥੇ ਵੀ ਆਹ ਟੀਮਾਂ ਦੇ ਮੈਚ ਲੱਗੇ ਆ ਫਿਰ ਲੋਕਾਂ ਨੇ ਕਰੀ ਚਲੋ ਸ਼ੇਅਰ ਕਰੀ ਚਲੋ ਸ਼ੇਅਰ ਵੀਰੇ ਆਹ ਮੁੰਡਿਆਂ ਦੀ ਖੇਡ ਤਗੜਾ ਮੈਚ ਸੁਪਰ ਫਾਈਨਲ ਜੰਗ ਆਹ ਮੁੰਡੇ ਬੱਲੇ ਬੱਲੇ ਕਰਵਾਏ ਆ ਪਰ ਸਾਹਮਣੇ ਵੀ ਲੋਕੀ ਕਹਿੰਦੇ ਤੇ ਕਰਾਈਏ ਅਸੀਂ ਹੱਥ ਬਈ ਕੋਈ ਸਾਡੇ ਮੂਹਰੇ ਚੱਕਦਾ ਨਹੀਂ ਹੱਥ ਬਈ ਮਿੱਟੀ ਵਿੱਚ ਰੋਲ ਦਿੰਦੇ ਆ ਜਿਹੜੇ ਤੁਰਦੇ ਨੇ ਹਿੱਟਾ ਤਾੜ ਤਾੜ ਕੇ ਆਹ ਪੋਤੜੇ ਰੋਲ ਦਿੰਦੇ ਆ ਜਿਹੜੇ ਤੁਰਦੇ ਨੇ ਹਿੱਟਾ ਤਾੜ ਤਾੜ ਕੇ ਤੇ ਪੋਤੜੇ ਬੱਲੇ 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 ਤੇ ਹੋਈ ਪਈ ਆ ਵਿੱਚ ਹੋਈ ਪਈ ਆ ਵਾਹ ਬਈ ਵਾਹ ਕਮਾਲ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਓਏ ਖੇਡ ਦੇ ਮੈਦਾਨ ਤੇ ਇੱਕ ਹੋਰ ਪੁਆਇੰਟ ਦਾ ਵਾਧਾ ਕਰ ਗਿਆ ਸਰਵੇ ਚੇਂਜ ਹੋ ਗਈ ਹੈ 8-6 ਦੂਰ ਦਰਾਜੇ ਸਾਰੇ ਸਾਡੇ ਭਰਾ ਜਿੰਨੇ ਵੀ ਐਨਆਰਆਈ ਵੀਰਾਂ ਨੇ ਸਾਨੂੰ ਸਾਥ ਦਿੱਤਾ ਅੱਜ ਦੇ ਵੱਡੇ ਕੰਮ ਦੇ ਲਈ ਕੱਲੇ ਕੱਲੇ ਵੀਰ ਦਾ ਦਿਲੋਂ ਧੰਨਵਾਦ ਆ ਬਾਈ ਦਿਲਪ੍ਰੀ ਦੇ ਦਿਲ ਸਾਡਾ ਭਰਾ ਵਸਦਾ ਕੈਨੇਡਾ ਕਹਿੰਦੇ ਮੋਟਰਸਾਈਕਲ ਦੇਣਾ ਹੁਣ ਕਰਦੇ ਪਏ ਆ ਲਓ 9 ਤੇ 6 ਦੀ ਟੱਕਰ ਆ ਮਹਾਰਾਜ ਦੀ ਧਰਤੀ ਆ ਫਾਈਨਲ ਖੇਡਿਆ ਜਾ ਰਿਹਾ ਚੈਣੇ ਵਾਲੇ ਪਿੰਡ ਦਾ ਜਵਾਰ ਅਗਲੀ ਸਰਵਿਸ ਕਰਨ ਲਈ ਕਹਿੰਦੇ ਤਿਆਰ ਬਰ ਤਿਆਰ ਆ ਵੀ ਮੁੱਲ ਪੈਣ ਛੁਰੀ ਰਾਵੇ ਤੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਸੱਚੇ ਯਾਰ
ਸਵਾਜਰ ਨੇ ਸੋਨੂ ਸੱਟ ਲਿਆ ਦਾਸ ਸੇ ਤੋਂ ਸਾਡਾ ਜੀ ਪਰ ਹੀ ਚਾਹਤੇ ਨੇ ਬੰਦ ਬਾਡੀ ਤੇ ਰਾਜੇ ਜੀ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲ ਹੱਥ ਪਾਸੇ ਕਿਵੇਂ ਗੁਰਜੋਤ ਸਮਝੇ ਨਹੀਂ ਵੀਰੇ ਪਾਉਂਦੀ ਫਿਰੇ ਕੀ ਦਾ ਸਨਮਾਨ ਕਰਨਾ ਗੁਰਜੋਤ ਵੀਰੇ ਸਮਝੇ ਨਹੀਂ ਗੱਲ ਜੀ ਫਰਕ ਰਿਹਾ ਸਾਡਾ ਪੀੜਾ ਤੇ ਭਾਈ ਯਾਰ ਜਿੰਨੇ ਕੁ ਜਾਣੇ ਬੈਠੇ ਹੋ ਗਰਾਊਂਡ ਦੇ ਆਸੇ ਪਾਸੇ ਇੱਕ ਵਾਰੀ ਓਕੇ ਓਕੇ ਦੱਸ ਦਿਓ ਗੁਰਜੋਤ ਵੀਰੇ ਕੀ ਦਾ ਕਰਨਾ ਓਕੇ ਓਕੇ ਜੀ ਤਗੜਾ ਮੈਚ ਲੱਗਿਆ ਹੋਇਆ ਦਸ ਤੇ ਛੇ ਦਾ ਮੁਕਾਬਲਾ ਮਾਜਰੇ ਵਾਲਿਆ ਲੋਕੀ ਕੁੱਤੇ ਟੱਕਰੀ ਆਉਂਦੇ ਆ ਵੀ ਅੱਜ ਮਾਜਰੇ ਵਾਲੇ ਨੇ ਕੋਈ ਰੰਗ ਵਿਖਾਇਆ ਨੀ ਸਾਡੇ ਯਾਰ ਦਾ ਔਰ ਖਰਾਜ ਵਾਲੇ ਦਾ ਜਿਹੜਾ ਪਹਿਲਾ ਪ੍ਰਾਈਜ਼ ਹੋਣਾ ਤੇ ਉਹ ਗੁਰਜੋਤ ਵੱਲੋਂ ਦਿੱਤਾ ਜਾਣਾ ਬਹੁਤ ਬੜਾ ਧੰਨਵਾਦ ਆ ਮੇਰੇ ਮਿੱਤਰੋ ਉੱਥੇ ਵੀ ਟੂਰਨਾਮੈਂਟ ਚੋਟੀ ਦਾ ਹੋਣਾ ਪਿਛਲੇ ਸਾਲ ਏਸੀ ਦਿੱਤੇ ਗਏ ਤੇ ਪਹੀਏ ਵਾਲੇ ਚੋਟੀ ਨੇ ਦੁਨੀਆਂ ਨੂੰ ਦੱਸਿਆ ਵੀ ਪਚਸਕੀ ਕੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਨੌਜਵਾਨਾਂ ਅੱਜ ਵੀ ਔਰ ਸਪਲੈਂਡਰ ਦੇ ਫੈਸਲੇ ਜਿਹੜੇ ਔਰ ਮੇਰੇ ਮਿੱਤਰੋ ਨੇੜੇ ਤੇੜੇ ਹੀ ਹੈ ਔਰ ਜਿੱਤਣਾ ਕਿਹਨੇ ਹੈ ਸ਼ੱਕ ਤੇ ਰਹਿਣੀ ਹੈ ਔਰ ਮੇਲਾ ਮੇਰੇ ਮਿੱਤਰੋ ਮਹਿਆ ਦੀ ਧਰਤੀ ਦਾ ਝੱਕ ਤੇ ਪੈਣੀ ਹੈ ਸੇ ਦਾਸ ਤੋਂ ਸਰਵ ਚੇਂਜ ਆਵਰੇ ਸੇ ਦਾਸ ਲੈ ਸਰਵ ਜਿਹੜੀ ਚੇਂਜ ਹੋ ਚੁੱਕੀ ਹੈ ਛੇ ਤੇ ਨੌ ਦਾ ਮੁਕਾਬਲਾ ਉਧਰ ਜਿੰਨੇ ਦੇਵੀ ਦੇਵਤੇ ਦੇ ਸਾਰੇ ਹੁਣ ਤੇ ਕੱਠੀ ਧਿਆਲੇ ਮੁੰਡਿਆਂ ਨੇ ਵੀ ਹੁਣ ਕੁਝ ਨਾ ਕੁਝ ਹੋਰ ਤਰੀਕੇ ਨਾਲ ਸੋਚਣਾ ਪਊਗਾ ਨੰਬਰ ਛੇ ਆ ਜਿਹੜੇ ਉਹ ਮੇਰੇ ਮਿੱਤਰੋ ਯੂਪੀ ਰਿਜ਼ਰਵ ਦੀ ਟੀਮ ਦੇ ਆਪਦੀ ਟੀਮ ਦੇ ਰਹੇ ਕਿੰਨਾ ਕੁ ਪੁਆਇੰਟਾਂ ਦਾ ਫਰਕ ਹੈ ਮੇਰੇ ਮਿੱਤਰੋ ਇਤਿਹਾਸ ਸਿਰਜਿਆ ਜਾ ਰਿਹਾ ਹੈ ਮਹਿਰਾਜ ਦੀ ਧਰਤੀ ਹੈ ਪਲੇਅਰ ਆਫ ਦਾ ਟੂਰਨਾਮੈਂਟ ਕਿਹੜਾ ਖਿਡਾਰੀ ਬਣਦਾ ਹੈ ਔਰ ਕਿਹੜੇ ਗੱਭਰੂ ਨੇ ਮੋਟਰਸਾਈਕਲ ਤੇ ਮੋਹਰ ਲਾ ਦੇਣੀ ਹੈ ਇਹ ਵੀ ਮੇਰੇ ਮਿੱਤਰੋ ਕਲਵੀਰ ਭੱਟੀਆਲ ਵੈਲਕਮ ਤੇ ਬੋਲੀਏ ਨਾ ਬੋਲ ਬੰਦਾ ਰੱਬ ਕੋਲੋਂ ਡਰੀਏ ਤੇ ਮੂੰਹੋਂ ਨਿਕਲੀ ਗੱਲ ਦਾ ਮੂੰਹ ਚ ਪੈਂਦੀ ਹੈ ਔਰ ਜਦੋਂ ਬੰਦਾ ਪੈਰ ਛੱਡ ਜੇ ਤੇ ਬੁੱਢੀ ਤਗੜੀ ਬਾਲ ਲੱਗਦੀ ਹੈ ਕੋਈ ਦਵਿੰਦਰ ਵੈਲਕਮ ਵੈਲਕਮ ਜੀ ਦਵਿੰਦਰ ਕੋਟਲਾ ਦਵਿੰਦਰ ਡੈਵੀ ਆਊਟ ਵਾਹ ਫੇਰ ਸਰਵ ਚੇਂਜ ਹੋ ਚੁੱਕੀ ਹੈ
2 ਪੁਆਇੰਟਾਂ ਦਾ ਫਰਕ ਹੈ। ਅਗਲਾ ਨੰਬਰ ਜੋੜ ਪਾਣੀ ਵਾਲੇ ਵੀਰ ਲਈ ਆ ਕਲੀਰ ਵੀਰੇ 100 ਰੁਪਿਆ ਪਾਣੀ ਵਾਲੇ ਬਾਬੇ ਲਈ 40 ਮਿੰਟ ਪਈਆਂ ਨੇ ਤੇ ਵੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਕੌਣ ਮਾਰੂ ਸ਼ਾਟਾਂ ਦੇ ਤੌਰ ਕਰੂਗਾ ਡਿਫੈਂਸ ਹੁਣ ਡਿੱਗਦੇ ਡਿੱਗੇ ਤੇ ਹੋਇਆ ਕੀ ਰਿਹਾ ਗੁੱਟਾ ਪਾਣੀ ਵਾਲੇ ਵੀਰ ਲਈ ਆ ਦੱਸਿਓ ਕਲਵੀਰ ਵੀਰੇ ਜਾਣਾ ਜਿੱਤ ਗਏ ਹੁਣ ਇਹ ਜਾਣਾ ਜਿੱਤ ਗਏ ਕਿਹੜੇ ਉਹ ਭਾਗਾ ਵਾਲੇ ਖਿਡਾਰੀ ਜਿਹੜੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਪਹਿਲੀ ਪੋਜੀਸ਼ਨ ਤੇ ਰਹਿਣਗੇ ਤੇ ਕਿਹੜਾ ਉਹ ਭਾਗਾ ਵਾਲਾ ਖਿਡਾਰੀ ਜਿਹਨੇ ਮੋਟਰਸਾਈਕਲ ਜਿੱਤਣਾ ਇਹ ਜਾਣਨ ਦੇ ਲਈ ਹਾਲੇ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਬਹੁਤ ਪੇਸ਼ੈਂਸ ਦੇ ਨਾਲ ਜਿਹੜਾ ਆ ਮੈਚ ਵੇਖਣਾ ਪਊਗਾ। ਉਧਰਲੇ ਪਾਸੇ ਢਾਬਾ ਵਾਲਾ ਇਧਰ ਸੱਜਣਾ ਯਾਰੀ ਕਦੇ ਮੁੰਡਿਆਂ ਦੀ ਪੱਕੀ ਆ ਪਰ ਅੱਜ ਕਦੇ ਸੱਜਰੇ ਸ਼ਰੀਕ ਬਣੇ ਪਰਾਂਗੇ ਝਾਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਤੇ ਜਾਂ ਮਿੱਤਰਾਂ ਨੇ ਕੋਕਾ ਬਣਦਾ ਜਾਂ ਬਣ ਜਾਣਾ ਸੁਰਮਾ ਉਹ ਜਾਂ ਫਿਰ ਪੱਕੇ ਬਣ ਜਾਵਾਂਗੇ ਬਾਨੀ ਤੇਰੀ ਦੇ ਬਣ ਕੇ ਤੇ ਹੁਣ ਤੈਨੂੰ ਟੱਕਰਾਂਗੇ ਆਓ ਸੱਜਰੇ ਸ਼ਰੀਕ ਤੇਰੇ ਬਣ ਕੇ। ਉਧਰ ਕਲਵੀਰ ਆ ਭਰਾ ਸਾਡਾ ਭੱਟੀ ਵਾਲਾ ਪਿੰਡ ਨਾਲ ਅੰਕਿਤ ਗੁੜੀਆ ਕਨੇਡਾ ਉਹ ਵੀਰ ਵੱਲੋਂ ਵੀ ਪਾਣੀ ਵਾਲੇ ਵੀਰ ਦੇ ਲਈ 100 ਦੇ ਵੱਡੇ ਮਾਣ ਆਏ ਆ। ਮੈਨੂੰ ਲੱਗਦਾ ਵੀ ਨੰਬਰ 8ਵਾਂ ਜੋੜ ਦਿੱਤਾ ਮੁੰਡਿਆਂ ਨੇ 8 ਤੇ 10 ਹੋ ਗਏ ਵੀਰੇ 8 ਦਾ ਜੀ 8 ਤੇ 10 ਦੀ ਟੱਕਰ ਹੈ। 8 ਨੰਬਰ ਆ ਮੇਰੇ ਮਿੱਤਰ ਮੁੰਡੇ ਯੂਪੀ ਵਾਲਿਆਂ ਦੇ 8-10 ਵੀਰੇ 10 ਨੰਬਰ ਆ ਚੈਣੇ ਆਉਂਦੀ ਟੀਮ ਦੇ ਵੱਡਾ ਜਿਹੜਾ ਫਰਕ ਤੇ ਹਾਲੇ ਤੱਕ ਨਹੀਂ ਹੈ ਪਰ ਜੇ ਆਹੀ ਉਹ ਮਿੱਤਰਾ ਕੰਮ ਚੱਲਦਾ ਰਿਹਾ ਨਾ ਤੇ ਚੈਣੇ ਵਾਲੀ ਉਹ ਤੇ ਫਿਰ ਫਰਕ ਪੈਂਦਾ ਬਹੁਤਾ ਟਾਈਮ ਨਹੀਂ ਲੱਗਦਾ। 8-10 ਪੁਆਇੰਟ ਹੋ ਗਏ ਵੀਰੇ ਲਾਲ 8-10ਵਾਂ ਨੰਬਰ ਹਾਂਜੀ ਸਰ ਓਕੇ ਜੀ 2 ਪੁਆਇੰਟਾਂ ਦਾ ਫਰਕ ਹੈ 8 ਦੇ 10 ਦੀ ਟੱਕਰ ਹੈ। ਲਓ ਜੀ 8-10 ਤੋਂ ਫੇਰ ਚੱਲ ਪਿਆ ਕੰਮ ਬਈ ਚੱਲ ਉਹ ਬੱਲੇ ਡਿਫੈਂਸ ਯਾਰ ਸ਼ੇਰੂ ਵਾਹ ਵੀ ਵਾਹ ਕਿਆ ਬਾਤ ਹੈ ਜਹਾਰ ਗਲਤੀ ਕਰ ਗਿਆ ਨੰਬਰ 9 ਦਾ ਮੈਂ ਇੱਕ ਗਲਤੀ ਵੀ ਰੰਗਤ ਮੈਂ ਇੱਕ ਨਫਾਸਤ ਉਹਦੇ ਫੁੱਲਾਂ ਦੀ ਹੈ ਐਸੀ ਤੈਸੀ ਕਰ ਦਿੰਦੀ ਆ ਫੁੱਲਾਂ ਤੇ ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਆ ਅਕਸਰ ਵਕਤ ਤੋਂ ਪਹਿਲਾਂ ਹੋਈਆਂ ਭੁੱਲਾਂ ਵੀ ਤੇ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ ਮੈਨੂੰ ਕੀ ਪਰਵਾਹ ਹੈ ਛੱਲਾ ਛੁੱਲਾ ਵੀ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ ਆਓ ਮੈਨੂੰ ਕੀ ਪਰਵਾਹ ਹੈ ਛੱਲਾ ਛੁੱਲਾ ਵੀ ਉਧਰ ਕਹਿੰਦੇ ਮਾਜਰੇ ਵਾਲਾ ਵਿਨੋਦ ਚੌਧਰੀ ਰਾਮਕੋਟ ਵੈਲਕਮ ਵੈਲਕਮ ਜੀ ਕਹਿੰਦੇ ਚੱਲਦੇ ਟਾਈਮ ਦੇ ਤੇਜ਼ ਤਰਾਰ ਖੜਾਵੀ ਹੈ ਪਰ ਰਾਏਸਰ ਵਾਲਾ ਉਹ ਕੱਲਾ ਹੀ ਕਹਿੰਦੇ ਮੇਰੇ ਮਿੱਤਰੋ ਵੱਡੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਦਾ ਜਿਗਰਾ ਰੱਖਦਾ ਹੈ ਵੱਡੀ ਕਹਿੰਦੇ ਖੇੜਾ ਮੁੰਡੇ ਵੀ ਵੱਡੀ ਮਿਹਨਤ ਕੀਤੀ ਹੋਈ ਹੈ ਵੱਡੀ ਤਪੱਸਿਆ ਕੀਤੀ ਹੈ ਫਿਰ ਕਿਤੇ ਜਾ ਕੇ ਅੱਜ ਚਰਚੇ ਹੋਏ ਹੈ ਵੀ ਜਿਹਨਾਂ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਉਹ ਲਿਸ਼ਕਦੀਆਂ ਫਿਰ ਜਵਾਨੀਆਂ ਦੀ ਅੱਜ ਲੱਖ ਲੱਖ ਦੀ ਹੋ ਗਈ ਵਾਲੀਬਾਲ ਇਹ ਵੀ ਸਭ ਪ੍ਰਮੋਟਰਾਂ ਦੀਆਂ
ਡੇਢ ਬਣ ਗਿਆ ਜੀ। ਹੁਣ ਹੋ ਗਏ ਖਿਡਾਰੀ ਵੀ ਖੁਸ਼ਹਾਲ, ਕੋਈ ਨੀ ਪੰਜਦਾ ਪਿੱਜ ਸਪੇਰਾਂ ਦੇ। ਔਰ ਤੂੰ ਵੀ ਖੜ ਕੇ ਦੇਖ ਜਵਾਨਾ ਬਈ ਹੱਥ ਜੁੜ ਗਏ, ਔਰ ਹੱਥ ਜੁੜ ਗਏ ਸ਼ੇਰਾਂ ਦੇ। ਤੂੰ ਵੀ ਖੜ ਕੇ ਦੇਖ ਜਵਾਨਾ ਬਈ ਹੱਥ ਜੁੜ ਗਏ ਸ਼ੇਰਾਂ ਦੇ। ਲੋਕਾਂ ਦੇ ਕਮਾਲ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਨੌ ਦਸ ਪੁਆਇੰਟ ਆ ਜੀ, ਨੌ ਦਸ। ਓਏ ਮਾਜਰਾ, ਦਸ ਬਰਾਬਰ ਹੋ ਗਏ ਵੀਰੇ, ਦਸ ਬਰਾਬਰ। ਛੋਟੂ ਮਾਜਰਾ ਪਟਾਕਾ ਪਾ ਗਿਆ ਮੈਂ ਵੀ ਯਾਰ, ਇੱਕ ਵਾਰੀ ਤਾੜੀ ਆ ਜ਼ੋਰਦਾਰ ਮਾਰ ਦੋ ਮਾਜਰਾ ਦੇ ਛੋਟੂ ਦੇ ਲਈ। ਬਹੁਤ ਤਗੜਾ ਪੁਆਇੰਟ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ, ਦੇਖਾਂਗੇ। ਔਰ ਦਸ ਬਰਾਬਰ ਹੋ ਗਏ ਵੀਰੇ, ਦਸ ਬਰਾਬਰ ਬਣੇ ਆ। ਤੇ ਕਿਹੜੇ ਗੱਭਰੂਆਂ ਨੂੰ ਮੇਰੇ ਮਿੱਤਰੋ ਸਿਰਫ ਦੇ ਸਿਰਫ ਮੈਚ ਵੀ ਪੋਜੀਸ਼ਨ ਦੇ ਨਾਲ ਹੀ ਸੰਤੁਸ਼ਟੀ ਕਰਨੀ ਪੈਣੀ ਹੈ। ਯਾਰ ਦੱਸੀ ਕਿੰਨੇ ਕਿੰਨੇ ਹੋ ਗਏ ਜੀਤ ਬਾਈ? ਦਸ ਬਰਾਬਰ, ਦਸ ਬਰਾਬਰੀ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਵੀਰੇ, ਦਸ ਬਰਾਬਰੀ ਦਾ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ। ਵੈਲਕਮ ਜੀ ਜੋਧਾ ਚੰਗਲੀ, ਵੈਲਕਮ ਵੈਲਕਮ ਜੋਧਾ ਚੰਗਲੀ ਵਿੱਚ ਪੈ ਗਈ। ਤੇ ਮਿੱਤਰਾ ਦੂਸਰੀ ਟੀਮ ਨੂੰ ਖੱਜਲ ਬਾਤ ਸ਼ੇਅਰ ਜ਼ਰੂਰ ਕਰੋ ਸਾਰੇ ਵੀਰ, ਸ਼ੇਅਰ ਕਰੀ ਗੱਲ ਵੀਰੇ। ਦਸ ਬਰਾਬਰ ਦੀਆਂ ਨੇ ਔਰ ਤਿੰਨੋਂ ਟੀਮਾਂ ਦਾ ਆਹ ਮੇਰੇ ਮਿੱਤਰੋ, ਜਿੱਥੇ ਜਿੱਥੇ ਵੀ ਮੈਚ ਲੱਗਿਆ ਤੇ ਲੋਕਾਂ ਨੇ ਆਨੰਦ ਮਾਣਿਆ ਮੁੰਡਿਆਂ ਦੀ ਖੇਡ ਦਾ, ਫਿਰ ਉਹਦੀ ਖੇਡ ਜਿਹੜੀ ਆਹ ਖੇਡੀ ਜਾ ਰਹੀ ਹੈ। ਗੱਭਰੂ ਨੇ ਗਿਆਰਵਾਂ ਆਪਣੀ ਟੀਮ ਦੇ ਲਈ, ਆਹ ਨਵੀਆਂ ਨੇ ਜੋੜ ਦਿੱਤਾ ਮੇਰੇ ਮਿੱਤਰੋ। ਆਪਣੇ ਸਰੀਰ ਵੱਲ ਜੋ ਹਾਣੀ ਹੈ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਜਨੂਨ ਹਾਰਦੇ ਨੀ ਹੁੰਦੇ ਕਦੇ, ਤੁਸੀਂ ਹੌਸਲੇ ਬਣਾ ਕੇ ਜੋਧਾ ਚੰਗਲੀ ਜੀ ਸ਼ੇਅਰ ਕਰੀ ਚਲੋ ਸਾਰੇ ਵੀਰ ਵੀਰੇ। ਹਲ ਥੋੜਾ ਕਰ ਦੇਣਾ ਉਧਰ ਢਾਬਾ ਤੇ ਮਾਜਰੇ ਵਾਲਾ, ਔਰ ਦੋਨੋਂ ਕਹਿੰਦੇ ਫੇਰ ਫੇਰ ਕੇ ਬਾਲਾਂ ਪੈ ਲਾਉਂਦੇ ਆ, ਦੋਨੋਂ ਕਹਿੰਦੇ ਫੇਰੇ ਫਿਰਦੇ ਆ ਖੇਡਦੇ ਮੈਦਾਨ ਦੇ ਵਿੱਚ ਨਜ਼ਾਰਾ। ਕਦੇ ਭੱਜਿਆ ਪਿਆ ਮੇਰੇ ਮਿੱਤਰੋ, 12-13 ਹੋ ਗਏ। ਠੀਕ ਹੈ ਠੀਕ ਹੈ, ਫਿਰ ਰਾਇਆ ਕਨੇਡਾ ਰੈਸਰ ਵਾਲੀ ਢਾਬਾ ਬਾਰਾਂ ਦੀ ਟੱਕਰ ਜਿਹੜੀ ਖੇਡ ਗਰਾਊਂਡ ਦੇ ਅੰਦਰ ਡਾਈਆਂ ਨਾ, ਮੈਂ ਕਾਲੀ ਮੇਰਾ ਮਾਹੀ ਕਾਲਾ, ਸਾਨੂੰ ਕਾਲੇ ਕਾਲੇ ਕਹਿੰਦੇ, ਕਾਲੇ ਪਹਾੜ ਦਾ ਕਾਲਾ ਸੁਰਮਾ, ਲੋਕੀ ਅੱਖੀਆਂ ਵਿੱਚ ਪਰੇਂਦੇ, ਕੁਰਾਨ ਸ਼ਰੀਫ ਦੇ ਸ਼ਬਦ ਵੀ ਕਾਲੇ ਤੇ ਲੋਕੀ ਫੁੱਲੀਆਂ ਨਾਲ ਸੁਣਦੇ। ਗਿਆਰਾਂ ਬਾਰਾਂ ਵੀ ਟਾਈਮ ਕਿੰਨਾ ਹੋ ਗਿਆ, 5 ਵਜੇ 11-12 ਹੋ ਗਏ ਸਕੋਰ ਜੀ, 11-12 11-12
ਉਹ ਬਾਲ ਓਏ ਆਸੂ ਯਾਰ, ਤਗੜੀ ਬਾਲ ਆਸੂ ਰਦੌਰ ਕਮਾਲ ਦਾ ਜਿਹੜਾ ਪੁਆਇੰਟ ਜੋੜ ਰਿਹਾ ਹੈ ਬੱਲੇ ਬੱਲੇ ਉਹੀ ਕਹਿੰਦੇ ਆਸ਼ੂ ਆ ਮੁੰਡੇ ਦਾ ਨਾਮ ਜਿਹਨੇ ਹੁਣ ਧਾਕਣ ਕਰਵਾ ਦਿੱਤੀ ਹੈ ਕਿ ਟੌਪ ਦਾ ਪੁਆਇੰਟ ਜੋੜ ਦਿੱਤਾ 12-11 ਉੱਨੀਆਂ ਪੁਆਇੰਟਾਂ ਦੀ ਜਿਹੜੀ ਇਹ ਖੇਡ ਹੈ ਪਰ ਫੈਸਲੇ ਤੇ ਕਹਿੰਦੇ ਮੋਟਰਸਾਈਕਲਾਂ ਦੇ ਵੱਡੇ ਹੈ ਸਾਰੀ ਦੁਨੀਆ ਕਹਿੰਦੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਹੈ ਟੂਰਨਾਮੈਂਟ ਦੇ ਵਿੱਚੋਂ ਬੈਸਟ ਪਲੇਅਰ ਕਿਹੜੇ ਨੇ ਚੁਣਿਆ ਜਾਵੇਗਾ ਔਰ ਕਿਹੜੇ ਗੱਭਰੂ ਨੇ ਸਪਲੈਂਡਰ ਮੋਟਰਸਾਈਕਲ ਲੈ ਜਾਣਾ ਪਰ ਯੂਪੀ ਵਾਲਾ ਕਲਾਕਾਰ ਯੂਪੀ ਵਾਲਾ ਦਸ ਦਿਲ ਵਾਲਿਆ ਯੂਪੀ ਵਾਲਿਆ ਅੱਜ ਕੱਲ ਮਿਲਦਾ ਹੀ ਨਹੀਂ ਪਰ ਆ ਯੂਪੀ ਵਾਲਾ ਜਿੱਥੇ ਜਿੱਥੇ ਆਉਂਦਾ ਤੇ ਲੋਕਾਂ ਨੂੰ ਦੱਸ ਕੇ ਜਾਂਦਾ ਨੰਬਰ 13 ਮੁੰਡਿਆਂ ਨੇ ਜੋੜ ਦਿੱਤਾ ਹੈ ਲਓ ਸਾਹਮਣੇ ਇੱਧਰ 13 ਤੇ 11 ਦੀ ਟੱਕਰ ਆ ਵੀ ਕਾਲਾ ਸ਼ਾਹ ਕਾਲਾ ਉਹ ਮੇਰਾ ਕਾਲਾ ਹੀ ਸਰਦਾਰ ਗੋਰਿਆਂ ਨੂੰ ਤਫਾ ਕਰੋ ਉਹ ਮੇਰਾ ਕਾਲਾ ਹੀ ਸਰਦਾਰ ਗੋਰਿਆਂ ਨੂੰ ਤਫਾ ਕਰੋ ਹਰ ਚਰਤੇ ਆ ਕੈਨੇਡਾ ਵਾਲਿਆ ਮੇਰੇ ਮਿੱਤਰ ਉਹ ਗੱਲਾਂ ਬਾਤਾਂ ਵੱਡੀਆਂ ਨੇ ਮੇਰੇ ਮਿੱਤਰਾਂ ਖੇਡਦੇ ਗਰਾਊਂਡਾਂ ਦੇ ਵਿੱਚ ਇਹ ਤੇ ਕਹਿੰਦੇ ਉਹ ਦੇਸ਼ ਨੂੰ ਬਲੌਕ ਕਰਦੇ ਆ ਜਿੱਥੇ ਮਿੱਤਰਾਂ ਕਰੇ ਪੈਂਦੀ ਆ ਔਰ ਗੱਲਾਂ ਬਾਤਾਂ ਵੱਡੀਆਂ ਨੇ ਕਲਾਲੇ ਵਾਲੇ ਯਾਰ ਸਾਡੇ ਉਹ ਵੀ ਲਾਈਵ ਜੁੜੇ ਹੋਏ ਆ ਬੁੱਤ ਸਿੰਘ ਪਾਜਵਾ ਕੈਨੇਡਾ ਵਾਲਾ ਔਰ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਜਿੰਦਾਬਾਦ ਰਵੇਗੀ ਬਾਓ ਨਵੀਆਂ ਨੇ ਔਰ ਚੋਟੀ ਦੀਆਂ ਟੀਮਾਂ ਨੇ ਹੋਰ ਪੁਆਇੰਟ ਦਾ ਵਾਧਾ ਕਰ ਦਿੱਤਾ 13 ਹੋਵੇ 14 ਹੋਵੇ 14-11 ਹੋ ਗਏ ਵੀਰੇ 14-11 ਤਾਉ ਜੀ ਓ ਲੱਗ ਗਿਆ ਤਾਉ ਲੱਗ ਗਿਆ ਐਕਸ਼ਨ ਕਰਨ ਹਾਂ ਹਲੇ ਤਾਉ ਮੈਚ ਬਹੁਤ ਬਾਕੀ ਆ ਕਿਤੇ ਗੱਲ ਹੋਰ ਹੋ ਜੇ ਵੀ ਆਪਾਂ ਮੋਟਰਸਾਈਕਲ ਗਰਮ ਕਰਦੇ ਰਹੇ ਜੀ ਸਲਪੈਂਡਰ ਸਲਪੈਂਡਰ ਹੁੰਦੀ ਚੱਲਦੀ ਆ ਸਲਪੈਂਡਰ ਸਲਪੈਂਡਰ ਉਹ ਗੱਲਾਂ ਬਾਤਾਂ ਵੱਡੀਆਂ ਨਾ ਹੋ ਜਾਣ ਸੀ ਕੋ ਵੀ ਆ ਸਲਪੈਂਡਰ ਸਲਪੈਂਡਰ ਹੋ ਗਈ ਫਿਰ ਗਰਾਊਂਡ ਦੇ ਅੰਦਰ ਤਜਿੰਦਰ ਹਰੀ ਮਹਿਲਗੁਰਤ ਨੇ ਸਾਲ ਭੇਜਿਆ ਆਸਟ੍ਰੇਲੀਆ ਦੇ ਧੰਨਵਾਦ ਤਜਿੰਦਰ ਮਹਿਲਗੁਰਤ ਆਸਟ੍ਰੇਲੀਆ ਬਈ ਬੱਲੇ ਬੱਲੇ ਸਾਲ ਭੇਜਵਾ ਦੇ ਧੰਨਵਾਦ ਪਾਉ ਵੀ ਪੂਰਾ ਫਿੱਟ ਸਲਪੈਂਡਰ ਸਲਪੈਂਡਰ ਹੋ ਗਈ ਬਈ ਨਹੀਂ ਤਾਉ ਉਹ ਕੰਮ ਹੋਇਆ ਨਹੀਂ ਜਿਹੜੇ ਕੰਮ ਦੀ ਲੋਕਾਂ ਨੂੰ ਇੱਕ ਆਸ ਇੱਕ ਉਮੀਦ ਸੀ ਭਾਈ ਫਾਈਨਲ ਮੈਚ ਚਲੀ ਜਾਂਦਾ ਯਾਰ ਇੱਕ ਧਾੜੀ ਦਾ ਗੁਰੀ ਜੈਮਨ ਸਿੰਘ ਵਾਲਾ ਹਾਂਜੀ 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 ਗੁਰੀ 15-11 ਹਾਂ ਹਾਂ 15-11 ਹੀ ਆ ਸਾਡੀ ਜ਼ਿੰਦਗੀ ਦਾ ਮਾਣ ਹੈ ਤਵਾਵਾ ਨੇ ਜਿਹੜੇ ਕਹਿੰਦੇ ਤਲਸ਼ਾਹ ਤਲਵੰਡੀ ਐਵੇਂ ਬਣਿਆ
ਔਰ ਪਹਿਲਾਂ ਤੇ ਦਿਲਸ਼ਾਦ ਸੀ ਤੇ ਦਿਲਸ਼ਾਦ ਤਲਵੰਡੀ ਬੰਡ ਪਿੱਛੇ ਬਹੁਤ ਵੱਡੀ ਮਿਹਨਤ ਹੈ ਇਹ ਤੇ ਬਾਬਾ ਨਾਨਕ ਜਾਣਦਾ ਜਾਂ ਭਰਾ ਆਪ ਜਾਣਦਾ ਹੈ ਜਾਂ ਉਹ ਅੱਲਾਹ ਤਾਲਾ ਜਾਣਦਾ ਬੜਾ ਰੰਗਲਾ ਬੰਦਾ ਤਾਊ ਯਾਰ ਰੌਣਕ ਪੂਰੀ ਲਾਉਂਦਾ ਜਿਹੜਾ ਟੂਰਨਾਮੈਂਟ ਤੇ ਆ ਜਾਂਦਾ ਬਾਈ ਸੱਤ ਸਮੁੰਦਰ ਐਂਟਰਟੇਨਮੈਂਟ ਪੂਰਾ ਕਰਦਾ ਤਾਊ ਦਾ ਫੋਨ ਲੱਗੀ ਆ ਤੇ ਅਸੀਂ ਫੋਨ ਲਾਈਆਂ ਦਿਲ ਰਾਤ ਇੱਕ ਕੀਤਾ ਤੇ ਫੇਰ ਜਾ ਕੇ ਅੱਜ ਮੇਰੇ ਮਿੱਤਰ ਪੰਜਾਬ ਦੇ ਜਿਹੜੇ ਵਾਲੀਬਾਲ ਦੇ ਓਕੇ ਓਕੇ ਜੀ ਸੰਦੀਪ ਚਹਿਰਿਆਂ ਦੀ ਲਓ ਜੀ ਸਾਡਾ ਹੋਰ ਵੱਡੀ ਗੱਲ ਬਾਤ ਹੈ ਪਰ ਇਧਰ ਮੇਰੇ ਮਿੱਤਰ 15 11 ਪੁਆਇੰਟ ਹੋ ਗਏ 15 11 ਵੀਰੇ 15 ਸ਼ੇਰੂ 11 ਜੱਸਾ ਬੜਾ ਚੋਟੀ ਦਾ ਹੋ ਕਿਹੜਾ ਜਾ ਰਿਹਾ ਰਾਏ ਸਰ ਵਾਲਿਆ ਮੁੱਦਾ ਕਹਿੰਦੇ ਆ ਵੀ ਜੱਸੇ ਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੋ ਪਹਿਲਾਂ ਵਾਲੀ ਰਾਈਟ ਬਾਲ ਲਾਸਟ ਨੰਬਰ ਜੋੜ ਗਿਆ ਦੁਨੀਆ ਤੱਕਦੀ ਆ ਵੀ ਟੱਕਰ ਕਿਸੇ ਵੇਲੇ ਵੀ ਬਦਲ ਸਕਦੀ ਆ ਆਹ ਟੈਪ ਦੇ ਵਿੱਚ ਮੇਰੇ ਮਿੱਤਰੋ ਫਾਸੀ ਕਰਨੀ ਪੈਣੀ ਆ ਨੰਬਰ 16 ਤੋਂ ਸੁੱਟਾ ਹੋਣਾ 16 ਰਾਏ ਸਰਵਾ ਕਰਦਾ ਕੋਈ ਕਮਾਲ ਇਹਦੇ ਗੱਲ ਕਦੇ ਗੱਲਬਾਤ ਕੋਈ ਨਾ ਕੋਈ ਟਿਕਾਣੇ ਲਾਉਣੀ ਪਊਗੀ ਬੱਲੇ ਨਜ਼ਾਰਾ ਕਦੇ ਖੇਡ ਵਾਲੀ ਵਾਦਾ ਮੇਰੇ ਮਿੱਤਰੋ ਫਜਿਆ ਪਿਆ ਮਰਾਜ ਦੀ ਧਰਤੀ ਆ ਤੇ ਮੁੰਡੇ ਕਹਦੇ ਮੁਕਾਬਲਾ ਖੇਡਿਆ ਜਾ ਰਿਹਾ ਦੇਖਾਂਗੇ ਕੌਣ ਮੇਰੇ ਮਿੱਤਰੋ ਪੈਂਤਾ ਸੀਟ ਤੇ ਮਹਾਰਾਜ ਘੇਰ ਲਿਆ ਸਲਪੈਂਡਰ ਯਾਰਾਂ ਦਾ ਸੋਨੂੰ ਦੀ ਆਦਤ ਸਲਪੈਂਡਰ ਯਾਰਾਂ ਦਾ ਘੇਰ ਲਿਆ ਮਹਾਰਾਜ ਚ ਵਾਹ ਬਈ ਮਹਾਰਾਜ ਘੇਰ ਲਿਆ ਸਲਪੈਂਡਰ ਯਾਰਾਂ ਦਾ ਹਾਂ ਮਹਾਰਾਜ ਦੇ ਵਿੱਚ ਘੇਰ ਲਿਆ ਸਲਪੈਂਡਰ ਯਾਰਾਂ ਦਾ ਸਲਪੈਂਡਰ ਔਰ ਇੱਕ ਗੱਲ ਦੇਖੋ ਨਾ ਯਾਰ ਵੀ ਆਪਣਾ ਸਮਾਜ ਕਿਸੇ ਨੂੰ ਵੀ ਪਸੰਦ ਕਰ ਸਕਦਾ ਬੜੇ ਪਿਆਰੇ ਤੇ ਸਤਿਕਾਰਯੋਗ ਮਿੱਤਰ ਹੈ ਉਹ ਗੱਲਾਂ ਬਾਤਾਂ ਵੱਡੀਆਂ ਨੇ ਖੇਡਦੇ ਗਰਾਊਂਡਾਂ ਦੇ ਮੁੰਡੇ ਸ਼ਿੰਗਾਰ ਫੜੇ ਹੋਏ ਆ ਔਰ ਸਾਹਮਣੇ ਮੇਰੇ ਮਿੱਤਰ 17 ਤੇ 11 ਦੀ ਟੱਕਰ ਹੈ ਤੇ ਚਰਚ ਜਿਹੜੇ ਹੋਏ ਆ ਇੱਥੇ ਜਿਹੜੇ ਮੇਰੇ ਮਿੱਤਰ ਹਰਮਨ ਚੀਮੇ ਵਰਗੇ ਖਾਲਾ ਵੀ ਲਾ ਸਕਦੇ ਆਵਾਂਗੇ ਜੇ ਢਾਬਾ ਵਾਲਾ ਜਿੱਤ ਗਿਆ ਤੇ ਪਰ ਇਧਰਲੇ ਪਾਸੇ ਸੋਚਾਂ ਦੇ ਵਿਚਾਰਾਂ ਮੁੰਡੇ ਕਰਨ ਲੱਗ ਪਏ ਆ ਵੀ ਵਾਪਸੀ ਤੇ ਹੋਣ ਦੇ ਵੀ ਕਰਨੀ ਪੈਣੀ ਆ ਵੀ ਜੱਗੀਆਂ ਸੋਚ ਵਿਚਾਰਾਂ ਨਾ ਮਿਲਦੀਆਂ ਦੁੱਖ ਵਿਚਾਰਾਂ ਉਹ ਕਿੱਲੇ ਦੀ ਜੁੱਤੀ ਲੱਗੀ ਉੱਚੀ ਫੇਰ ਵੀ ਵੇਖਾ ਲਾਹੀ ਚੰਗੇ ਕੋਚ ਸਿਆਣੇ ਮਾਪੇ ਚੰਗੇ ਕੋਚ ਸਿਆਣੇ ਮਾਪੇ 17 ਕਦੇ ਮੋਟਰਸਾਈਕਲਾਂ ਦੇ ਆ ਖੇਡ ਬੱਲੇ ਬੱਲੇ ਹੋਈ ਪਈ ਮੇਰੇ ਮਿੱਤਰ ਮਹਾਰਾਜ ਦੀ ਧਰਤੀ ਆ ਤੇ ਮੁੰਡਿਆਂ ਨੂੰ ਅੱਜ ਥੋੜਾ ਆਸਾ ਪਾਸਾ ਕਰੋ ਥੋੜਾ ਆਸਾ
ਪਾਸਾ ਕਰਨਾ ਪੈਣਾ ਵਾਲੀ ਤੋਂ ਪੈਣਗੇ ਨੰਬਰ ਲਾਸਟ ਹੋ ਨੰਬਰ ਲਾਸਟ ਨੰਬਰ ਲਾਸਟ ਨੰਬਰ ਲਾਸਟ ਨੰਬਰ ਲਾਸਟ ਨੰਬਰ ਲਾਸਟ ਦਾ ਯਾਰ ਤਾਰੀ ਪੂਰੀ ਕਿਉਂ ਨਹੀਂ ਮਾਰਦੇ ਬਾਈ ਨੰਬਰ ਲਾਸਟ ਜ਼ੋਰਦਾਰ ਮੈਚ ਕਦੇ ਭਖਿਆ ਪਿਆ ਪਰ ਤਪਿਆ ਪਿਆ ਤਪਿਆ ਭਖਿਆ ਕਦਾ ਪਿਆ ਤਪਿਆ ਪਿਆ ਦੇਖਦੇ ਆ ਕੀ ਬਣਦਾ ਜੇ ਮੈਚ ਬਾਕੀ ਆ ਪਾਸੇ ਸਿੱਧੂ ਜੀ ਕਰਮ ਕਰਕੇ ਉਹ ਕਦੇ ਗਰਾਊਂਡ ਵਾਲੇ ਨੂੰ ਸਿੱਧਾ ਕਰਦਾ ਬੱਲੇ 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 ਮੇਤਰਾ ਬੜੇ ਟਾਵੇ ਮੈਚਾ ਬਾਵੇ ਨਵੇਂ ਹੌਸਲੇ ਨੰਬਰ ਬਰਲਾਸਟ ਕੀ ਕਰੇ ਚੈਣੇ ਵਾਲੀਏ ਸਾਥ ਵੀ ਦੇਣਾ ਪਊਗਾ ਜੇ ਚੇਂਜ ਕਰਾਓ ਨਾ ਤੇ ਕੱਲ ਫੇਰ ਬਣਦੀ ਉਹ ਹਾਏ ਫੇਰਾ ਰੱਬਾ ਆਵੇ ਲੋਹਾ ਲਿਆਦਾ ਪਿਆ ਤੇਜ ਲਾਈ ਤੁਰਿਆ ਆਉਂਦਾ ਮੇਰੇ ਮਿੱਤਰੋ ਨਜ਼ਾਰਾ ਵੱਖਰਾ ਬਹੁਤ ਵਧੀਆ ਗੱਲ ਹੈ ਕੋਈ ਗੱਲ ਨੀ ਕੋਈ ਗੱਲ ਨੀ ਕਰੋ ਜੀ ਮੈਚ ਸ਼ੁਰੂ ਤਾੜੀ ਮਾਰੇ ਇੱਕ ਵਾਰੀ ਦੋਨੋਂ ਟੀਮਾਂ ਲਈ ਹੈਲੋ ਬਹੁਤ ਸਾਹਮਣੇ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਬਦਲੂਗਾ ਮੈਨੂੰ ਲੱਗਦਾ ਵੀ ਮਾਹੌਲ ਜਿਹੜਾ ਬਦਲੂਗਾ ਮੇਰੇ ਮਿੱਤਰੋ ਹਰਖਿਆ ਦੇ ਬਾਹਲਾ ਭੈੜਾ ਜਾਂ ਵੀ ਰਾਏ ਸਰ ਵਾਲਾ ਜੇ ਚੇਂਜ ਕਰੇ ਨਾ ਤੇ ਤੈਨੂੰ ਤਾਂ ਮੰਨੀਏ ਜੇ ਚੇਂਜ ਕਰੇ ਇੱਥੋਂ ਤੇ ਤੈਨੂੰ ਤਾਂ ਮੰਨੀਏ ਮੁਕਾਬਲਾ ਵੱਡਾ ਨੰਬਰ ਲਾਸਟ ਆ ਜੇ ਚੇਂਜ ਹੋਊ ਮੋਟਰਸਾਈਕਲ ਜੱਫੀਆਂ ਪੈ ਗਈਆਂ ਫਾਜ਼ਿਲ ਕਾਲੇ ਕਹਿੰਦੇ ਵੱਡੀ ਗਿਣਤੀ ਚ ਪਹੁੰਚੇ ਅੱਜ ਓਕੇ ਓਕੇ ਜੀ 100 ਰੁਪਇਆ ਪਰਮ ਨੂੰ ਦੇ ਦਿੰਦੇ ਹਾਂ ਕਿਤੇ ਵੀਰੇ ਕੋਈ ਗੱਲ ਨੀ ਜੀ 100 ਰੁਪਇਆ ਪਰਮ ਦਾ ਆ ਗਿਆ ਮੇਰੇ ਕੋਲੇ ਦੇ ਦਿੰਦੇ ਵੀਰੇ ਬਹੁਤ ਤਕੜਾ ਖੇਡਿਆ ਰੇਸਰ ਵਾਲਾ ਜੱਸਾ ਵੀ ਮੈਂ ਦੱਸਾਂਗੇ ਵੀਰੇ ਬਣੇ ਰਹੋ ਜੀ ਕੱਲੇ ਕੱਲੇ ਪੁਆਇੰਟ ਦੱਸ ਕੇ ਦੱਸਾਂਗੇ ਜੀ